ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾਂ ਗੁਰ ਹਿਰਦੈ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਗਨਨ ਕੇ ਬਿਗਨਨ ਕੇ ਨਾਸਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸਕ ਸ੍ਰੀ ਹਰ ਰਾਏ ਨਾਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ ਤਰੋਂ ਤਹਰਾ ਪਰ ਪੂਨ ਪੂਨ ਸੀਸਾ ਪੂਨ ਪੂਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਖਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਨਾਉ ਭੋਲੂ ਜਾਤ ਕੇ
ਸ਼ੇਖੜ ਸਾਧ ਸੁਜਾਨ ਜੱਟੂ ਭੀਵਾ ਜਾਤਕਾ ਮੂਲਾ ਪੁਰਖ ਮਹਾਨ ਨਾਊ ਭੋਲੂ ਜਾਤ ਕੇ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੀ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਨਗਰ ਧਿਆਨਪੁਰ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਵਿਸ਼ੇਸ਼ ਔਰ ਉੱਦਮ ਅਤੇ ਉਪਰਾਲਾ ਕੀਤਾ ਗਿਆ ਹੈ। 6 ਜੂਨ 1984 ਦੇ ਘੱਲੂਘਾਰੇ ਦੇ ਮਹਾਨ ਸ਼ਹੀਦ ਦਮਦਮੀ ਟਕਸਾਲ ਦੇ 14ਵੇਂ ਮੁਖੀ ਕਥਨੇ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਬਲੀ ਯੋਧੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੀ ਅਗਵਾਈ ਹੇਠ ਅਣਗਿਣਤ ਸਿੰਘ ਸਿੰਘਣੀਆਂ ਭਟੰਗੀਆਂ ਬਜ਼ੁਰਗਾਂ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਆਨ ਸ਼ਾਨ ਦੀ ਖਾਤਰ ਜਿਨ੍ਹਾਂ ਸ਼ਹੀਦਾਂ ਨੇ ਹੋਰ ਵੀ 37 ਗੁਰੂ ਘਰਾਂ ਦੇ ਉੱਤੇ ਜਦੋਂ ਸਮੇਂ ਦੀ ਜ਼ਾਲਮ ਹਕੂਮਤ ਵੱਲੋਂ ਭਿਆਨਕ ਹਮਲੇ ਕੀਤੇ ਗਏ ਉਸ ਹਮਲੇ ਵਿੱਚ ਹੋਰ ਵੀ ਜਿੱਥੇ ਜਿੱਥੇ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਉਹਨਾਂ ਸਮੁੱਚੇ ਸ਼ਹੀਦਾਂ ਦੀ ਯਾਦ ਵਿੱਚ ਆਪ ਸੰਗਤਾਂ ਇਹਨਾਂ ਸ਼ਹੀਦੀ ਦੀਵਾਨਾਂ ਦੇ ਵਿੱਚ ਸ਼ਹੀਦੀ ਦੀਵਾਨਾਂ ਦੀ ਲੜੀ ਦੇ ਅੰਦਰ ਚੱਲ ਰਹੇ ਸਮਾਗਮਾਂ ਵਿੱਚ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਹਾਜ਼ਰੀਆਂ ਭਰ ਰਹੇ ਹੋ। 2 ਦਿਨ ਤੋਂ ਦੀਵਾਨ ਸਜ ਰਹੇ ਸਨ ਇਸ ਨਗਰ ਵਿੱਚ ਕਿਉਂਕਿ ਸਾਧ ਸੰਗਤ ਜੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਗਰ ਸੂਸਾ ਜਿੱਥੇ ਮਹਾਨ ਤਪਸਵੀ ਮਹਾਨ ਕਰਨੀ ਕਮਾਈ ਭਗਤੀ ਬੰਦਗੀ ਕਰਨ ਵਾਲੇ ਗੁਰਬਾਣੀ ਦੀ ਕਮਾਈ ਕਰਨ ਵਾਲੇ ਮਹਾਤਮਾ ਸੰਤ ਬਾਬਾ ਜਵਾਹਰ ਦਾਸ ਜੀ ਹੋਏ ਉਹਨਾਂ ਵੱਲੋਂ ਉਸ ਨਗਰ ਅਤੇ ਇਲਾਕੇ ਵਿੱਚ ਅੱਜ ਤੋਂ 100 ਸਾਲ ਪਹਿਲਾਂ ਗੁਰੂ ਕਾ ਨਿਸ਼ਾਨ ਸਾਹਿਬ ਲਾਇਆ ਗਿਆ ਔਰ ਉਹਨਾਂ ਨੇ ਸੰਗਤਾਂ ਨੂੰ ਆਗਿਆ ਕੀਤੀ ਪ੍ਰੇਰਣਾ ਦਿੱਤੀ ਕਿ ਭਾਈ ਸਾਰਾ ਇਲਾਕਾ ਦੂਰੋਂ ਦੂਰੋਂ ਪਹੁੰਚ ਕੇ ਹਰ ਸਾਲ ਇਸ ਦਿਨ 'ਤੇ ਨਿਸ਼ਾਨ ਸਾਹਿਬ ਜੀ ਦਾ ਇਸ਼ਨਾਨ ਕਰਵਾ ਕੇ ਚੋਲਾ ਚੜ੍ਹਾਉਣ ਦੀ ਸਾਰੀਆਂ ਸੰਗਤਾਂ ਸੇਵਾ ਕਰਿਆ ਕਰੋ। ਤਾਂ ਸੰਗਤ ਜੀ
ਦਾਸ ਨੇ ਵੀ ਅੱਖੀ ਦਰਸ਼ਨ ਕੀਤੇ 13 ਤਾਰੀਖ ਤੋਂ 13, 14, 15 ਦਾ ਉਡੋੜ ਮੇਲਾ, ਕਿਉਂਕਿ ਉਹ ਅਸਥਾਨ ਨਗਰ ਅਤੇ ਇਲਾਕੇ ਦੀ ਸੰਗਤ ਨੇ ਪਿਛਲੇ ਸਾਲ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਨੂੰ ਸੌਂਪ ਦਿੱਤਾ ਔਰ ਜਥੇਬੰਦੀ ਦੇ ਪ੍ਰਬੰਧ ਵਿੱਚ ਉਸ ਅਸਥਾਨ ਦੀ ਸੇਵਾ ਚੱਲ ਰਹੀ ਹੈ। ਸੰਗਤ ਜੀ ਉੱਥੇ ਲੱਖਾਂ ਦੀ ਗਿਣਤੀ ਵਿੱਚ ਹੀ ਸੰਗਤਾਂ ਜੁੜੀਆਂ ਹੋਈਆਂ ਸਨ। ਬੜਾ ਉਤਸ਼ਾਹ, ਬੜੀ ਸ਼ਰਧਾ, ਬੜੀ ਭਾਵਨਾ ਨਾਲ ਸੰਗਤਾਂ ਸੇਵਾ ਕਰ ਰਹੀਆਂ ਸਨ। ਕੱਲ੍ਹ ਜਦੋਂ ਨਿਸ਼ਾਨ ਸਾਹਿਬ ਜੀ ਦੀ ਸੇਵਾ ਹੋਈ ਉਦੋਂ ਵੀ ਸੰਗਤਾਂ ਨੇ ਬੜੀ ਸ਼ਰਧਾ, ਭਾਵਨਾ, ਉਤਸ਼ਾਹ ਦੇ ਨਾਲ ਸੇਵਾ ਦੇ ਵਿੱਚ ਸਾਰਿਆਂ ਨੇ ਹਾਜ਼ਰੀ ਲਵਾਈ ਅਤੇ ਨਿਸ਼ਾਨ ਸਾਹਿਬ ਜੀ ਨੂੰ ਸਾਰਿਆਂ ਨੇ ਸਿਜਦਾ ਕੀਤਾ, ਨਮਸਕਾਰਾਂ ਕੀਤੀਆਂ। ਸਤ ਸੰਗਤ ਜੀ, ਸਤ ਪੁਰਸ਼ ਆਪਣੀ ਪੂਜਾ ਨਹੀਂ ਕਰਵਾਇਆ ਕਰਦੇ, ਉਹ ਗੁਰੂ ਕੀ ਬਾਣੀ ਦੀ, ਗੁਰੂ ਕੇ ਨਾਮ ਦੀ ਪੂਜਾ, ਗੁਰੂ ਕੇ ਚਰਨਾਂ ਨਾਲ ਜੋੜਨ ਵਾਸਤੇ ਹੀ ਸਾਰਾ ਜੀਵਨ ਆਪਣਾ ਗੁਰੂ ਨੂੰ ਸਮਰਪਿਤ ਕਰਕੇ ਰੱਖਦੇ ਹਨ। ਅੱਜ ਕੱਲ੍ਹ ਦੇ ਕੁਝ ਆਪੂ ਬਣੇ ਗਿਆਨੀ ਪ੍ਰਚਾਰਕ, ਆਪੂ ਬਣੇ ਵਿਦਵਾਨ ਨਿਸ਼ਾਨ ਸਾਹਿਬ ਦੀ ਸੇਵਾ ਨੂੰ, ਨਿਸ਼ਾਨ ਸਾਹਿਬ ਦੀ ਨਮਸਕਾਰ ਨੂੰ, ਨਿਸ਼ਾਨ ਸਾਹਿਬ ਦੀਆਂ ਪ੍ਰਕਰਮਾਂ ਨੂੰ ਬੜੇ ਕੋਝੇ ਸ਼ਬਦਾਂ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਆ ਕਿ ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਨੀ, ਪ੍ਰਕਰਮਾ ਕਰਨੀਆਂ ਬ੍ਰਾਹਮਣਵਾਦ ਹੈ। ਉਹ ਲੋਕ ਜਾਣ ਬੁੱਝ ਕੇ ਬੜਾ ਗਲਤ ਪ੍ਰਚਾਰ ਕਰਦੇ ਆ, ਸੰਗਤਾਂ ਨੂੰ ਗੁੰਮਰਾਹ ਕਰਦੇ ਹੈ, ਜਾਂ ਤਾਂ ਤੋਂ ਇਤਿਹਾਸ ਤੋਂ ਕੋਰੇ ਹੈ, ਜਾਂ ਉਹਨਾਂ ਨੂੰ ਪਰੰਪਰਾਵਾਂ ਦਾ ਗਿਆਨ ਹੀ ਨਹੀਂ, ਕਿਉਂਕਿ ਪਰੰਪਰਾ ਇਤਿਹਾਸ ਦਾ ਗਿਆਨ ਬੰਦੇ ਨੂੰ ਉਦੋਂ ਹੁੰਦਾ ਜਦੋਂ ਬੰਦਾ ਸੰਗਤ ਵਿੱਚ ਸਾਰਾ ਜੀਵਨ ਵਿਚਰਦਾ, ਸੰਗਤ ਵਿੱਚ ਰਹਿ ਕੇ ਕੁਝ ਸਿੱਖਦਾ, ਸੰਗਤ ਵਿੱਚੋਂ ਕੁਝ ਵਿੱਦਿਆ, ਗਿਆਨ, ਇਤਿਹਾਸ, ਗੁਰਬਾਣੀ ਅਰਥਾਂ ਨੂੰ, ਪਰੰਪਰਾਵਾਂ ਨੂੰ ਪੜ੍ਹਦਾ, ਵਿਚਾਰਦਾ, ਫਿਰ ਹੀ ਕੋਈ ਸੋਝੀ ਆਉਂਦੀ ਹੈ। ਅਤੇ ਜਾਂ ਉਹਨਾਂ ਦੀ ਖੋਟੀ ਨੀਅਤ ਹੈ, ਉਹਨਾਂ ਦੇ ਮਨ ਵਿੱਚ ਇਹ ਕਪਟ ਹੈ ਕਿ ਕਿਵੇਂ ਨਾ ਕਿਵੇਂ ਸੰਗਤਾਂ ਨੂੰ ਗੁਰੂ ਦੇ ਘਰ ਨਾਲੋਂ ਤੋੜਿਆ ਜਾਏ, ਗੁਰੂ ਕੇ ਅਸਥਾਨਾਂ ਨਾਲੋਂ, ਗੁਰੂ ਕੇ ਨਿਸ਼ਾਨਾਂ ਪ੍ਰਤੀ, ਗੁਰੂ ਕੀ ਮਰਿਆਦਾ ਪ੍ਰਤੀ, ਗੁਰੂ ਕੀਆਂ ਪਰੰਪਰਾਂ ਪ੍ਰਤੀ ਸੰਗਤਾਂ ਵਿੱਚ ਸ਼ੰਕਾ ਪੈਦਾ ਕੀਤੀ ਜਾਏ। ਸਾਧ ਸੰਗਤ ਜੀ, ਮੈਂ ਬਹੁਤਾ ਲੰਮਾ ਨਹੀਂ ਜਾਣਾ ਇਸ ਤਰਫ, ਇੱਕੋ ਹੀ ਗੁਰ ਇਤਿਹਾਸ ਦੀ ਪ੍ਰੇਰ ਜੋ ਇੱਕ ਮਿਸਾਲੀ ਸਾਡੇ ਪਾਸ ਸਤਿਗੁਰੂ ਜੀ ਦੀ ਘਟਨਾ ਹੈ ਨਿਸ਼ਾਨ ਸਾਹਿਬ ਬਾਬਤ, ਉਹ ਕਹਿ ਕੇ ਅੱਗੇ ਗੁਰ ਇਤਿਹਾਸ ਦੀ ਕਥਾ ਕਰਾਂਗੇ। ਜਦੋਂ 8ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੀਰਤਪੁਰ ਸਾਹਿਬ ਤੋਂ ਦਿੱਲੀ ਨੂੰ ਜਾਣ ਵਾਸਤੇ ਰਵਾਨਾ ਹੋਏ ਤਾਂ ਅੰਬਾਲੇ ਦੇ ਨੇੜੇ ਨਗਰ ਪੰਜੋਖਰਾ ਸਾਹਿਬ ਹੈ, ਇਸ ਨਗਰ ਵਿੱਚ ਸਤਿਗੁਰੂ ਜੀ ਬਾਹਰ ਬਾਹਰ ਉੱਚੇ ਰੇਤ ਦੇ ਟਿੱਬੇ ਦੇ ਉੱਤੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਸਣ ਲਾਇਆ, ਬੇਅੰਤ ਸੰਗਤਾਂ ਨਾਲ ਹਨ।
ਰਾਤ ਉੱਥੇ ਹੀ ਗੁਜ਼ਾਰੀ ਹੈ। ਇੱਕ ਰਾਤ ਇੱਕ ਦਿਨ ਸਤਿਗੁਰੂ ਜੀ ਪੂਰਾ ਉਸੇ ਅਸਥਾਨ 'ਤੇ ਰਹੇ ਹਨ। ਔਰ ਜਦੋਂ ਅਗਲੇ ਦਿਨ ਸਤਿਗੁਰੂ ਜੀ ਪਲੋਖਰਾ ਸਾਹਿਬ ਤੋਂ ਤੁਰਨ ਲੱਗੇ, ਲਾਲ ਚੰਦ ਪੰਡਿਤ ਦਾ ਹੰਕਾਰ ਮੇਟ ਕੇ ਛੱਜੂ ਢੀਵਰ ਤੋਂ ਸਤਿਗੁਰੂ ਜੀ ਨੇ ਕਿਰਪਾ ਦਾ ਹੱਥ ਰੱਖ ਕੇ ਬਖਸ਼ਿਸ਼ਾਂ ਭਰੀ ਛੜੀ ਉਸ ਦੇ ਸਿਰ 'ਤੇ ਰੱਖ ਕੇ ਉਸ ਕੋਲੋਂ ਗੀਤਾ ਦੇ ਅਰਥ ਕਰਵਾਏ। ਉਸ ਦਾ ਗੁੰਗਾ ਪੁਣਾ ਬਹਿਰਾ ਪੁਣਾ ਸਾਰਾ ਦੂਰ ਕੀਤਾ ਸਤਿਗੁਰੂ ਜੀ ਨੇ। ਉੱਥੇ ਮਗਰੋਂ ਕਾਬਲ ਦੀ ਸੰਗਤ ਵੀ ਹਜ਼ੂਰ ਦੇ ਦਰਸ਼ਨ ਕਰਨ ਆਈ, ਪਤਾ ਕਰਦੀ ਕਰਦੀ ਕਿ ਸਤਿਗੁਰੂ ਜੀ ਕਿੱਧਰ ਨੂੰ ਜਾ ਰਹੇ ਆ, ਅਸੀਂ ਜਾ ਕੇ ਦਰਸ਼ਨ ਕਰਨੇ ਆ। ਸਤਿਗੁਰੂ ਜੀ ਨੇ ਪਲੋਖਰਾ ਸਾਹਿਬ ਤੋਂ ਤੁਰਨ ਲੱਗਿਆਂ ਸੰਗਤਾਂ ਨੂੰ ਆਗਿਆ ਕੀਤੀ ਕਿ ਭਾਈ ਹੁਣ ਇਸ ਪੜਾਅ ਤੋਂ ਅੱਗੇ ਪੰਜਾਬ ਦੀਆਂ ਜਾਂ ਕਿਸੇ ਵੀ ਤਰਫ ਤੋਂ ਆਈਆਂ ਸੰਗਤਾਂ ਨੇ ਸਾਡੇ ਮਗਰ ਨਹੀਂ ਆਉਣਾ, ਖੇਚਲਾ ਨਹੀਂ ਕਰਨੀ। ਕੁਝ ਗੁਰਸਿੱਖਾਂ ਨੂੰ ਸੰਗਤ ਨੂੰ ਨਾਲ ਲੈ ਕੇ ਅਸੀਂ ਦਿੱਲੀ ਜਾਣਾ, ਸਾਰੀਆਂ ਸੰਗਤਾਂ ਇਸ ਤੋਂ ਬਾਅਦ ਸਾਡੇ ਮਗਰ ਨਾ ਆਉਣ। ਉੱਥੇ ਸਤਿਗੁਰੂ ਜੀ ਨੇ ਰੇਤ ਦੇ ਟਿੱਬੇ ਉੱਤੇ ਸੱਚੇ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਹਸਤ ਕਮਲਾਂ ਨਾਲ ਇੱਕ ਅਨੋਖਾ ਕੌਤਕ ਕੀਤਾ। ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਫਿਰ ਜੇ ਤੁਹਾਡੇ ਦਰਸ਼ਨ ਕਰਨੇ ਹੋਣ, ਹਾਜ਼ਰੀਆਂ ਭਰਨੀਆਂ ਹੋਣ ਤਾਂ ਅਸੀਂ ਕਿਵੇਂ ਦਰਸ਼ਨ ਕਰ ਸਕਦੇ ਹਾਂ, ਕਿਵੇਂ ਹਾਜ਼ਰੀ ਭਰ ਸਕਦੇ ਹਾਂ? ਬਾਲਾ ਪ੍ਰੀਤਮ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਸੰਗਤ ਜੀ ਰੇਤ ਦੇ ਟਿੱਬੇ ਉੱਤੇ ਆਪਣੇ ਪਾਵਨ ਪਵਿੱਤਰ ਹਸਤ ਕਮਲਾਂ ਨਾਲ ਨਿਸ਼ਾਨ ਸਾਹਿਬ ਲਾਇਆ, ਔਰ ਨਿਸ਼ਾਨ ਸਾਹਿਬ ਲਾ ਕੇ ਉੱਥੇ ਬਚਨ ਕੀਤੇ। ਨਿਸ਼ਾਨ ਸਾਹਿਬ ਕੋਲੇ ਖੜ ਕੇ ਬੜੇ ਭਾਵਪੂਰਤ ਬਚਨ ਹਨ। ਸਤਿਗੁਰੂ ਜੀ ਨੇ ਤਿੰਨ ਬਚਨ ਕੀਤੇ ਸਨ, ਜਿਹਨੇ ਮੇਰੇ ਦਰਸ਼ਨ ਕਰਨੇ ਉਹ ਇਸ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੇ, ਜਿਹਨੇ ਮੈਨੂੰ ਕੋਈ ਭੇਟਾ ਦੇਣੀ ਹੈ ਉਹ ਇਹ ਨਿਸ਼ਾਨ ਸਾਹਿਬ ਦੀ ਭੇਟਾ ਕਰੇ, ਜਿਹਨੇ ਦੁਨੀਆਂ ਵਿੱਚੋਂ ਕੋਈ ਵੀ ਦਾਤ ਪ੍ਰਾਪਤ ਕਰਨੀ ਹੈ ਇਸ ਨਿਸ਼ਾਨ ਸਾਹਿਬ ਜੀ ਦੇ ਅੱਗੇ ਅਰਦਾਸ ਕਰਕੇ ਇੱਥੋਂ ਦਾਤਾਂ ਪ੍ਰਾਪਤ ਕਰੇ, ਜਿਹਨੇ ਆਪਣੇ ਦੁੱਖ ਕੱਟਣੇ ਹੈ ਉਹ ਇੱਥੇ ਆ ਕੇ ਆਪਣੇ ਦੁੱਖਾਂ ਦੀ ਨਿਵਿਰਤੀ ਲਈ ਅਰਦਾਸ ਕਰੇ ਅਤੇ ਕਰਾਵੇ, ਜਿਹਨੇ 84 ਦਾ ਗੇੜਾ ਮਿਟਣਾ ਉਹ ਵੀ ਇੱਥੇ ਆ ਕੇ ਦਰਸ਼ਨ ਕਰਕੇ ਨਮਸਕਾਰ ਕਰੇ, ਅਰਦਾਸ ਕਰੇ, ਨਿਸ਼ਾਨ ਸਾਹਿਬ ਦੀਆਂ ਪ੍ਰਕਰਮਾ ਕਰੇ। ਇਹ ਬਚਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਨਿਸ਼ਾਨ ਸਾਹਿਬ ਜੀ ਬਾਬਤ ਹਨ, ਔਰ ਉਹ ਨਿਸ਼ਾਨ ਸਾਹਿਬ ਉੱਥੇ ਅੱਜ ਵੀ ਜਿਉਂ ਦਾ ਤਿਉਂ ਉਸੇ ਅਸਥਾਨ 'ਤੇ ਉਸੇ ਗੁਰਦੁਆਰ ਦੇ ਵਿੱਚ ਲੱਗਾ ਹੋਇਆ ਹੈ। ਇਹ ਸਾਰਾ ਜ਼ਿਕਰ ਗੁਰ ਇਤਿਹਾਸ ਵਿੱਚ ਆਉਂਦਾ ਹੈ। ਔਰ ਪਿੱਛੇ ਜੇ ਉਹ ਨਿਸ਼ਾਨ ਸਾਹਿਬ ਨੂੰ ਜਦੋਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਸੇਵਾ ਹੋ ਰਹੀ ਸੀ, ਕੁਝ ਲੋਕ ਚਾਹੁੰਦੇ ਸਨ ਕਿ ਬਾਹਰ ਕੱਢ ਦਿਓ, ਬਾਹਰ ਅੱਗੇ ਲਾ ਦਿਓ। ਬੜੀ ਜਦੋ ਜਹਿਦ ਕਰਕੇ ਦਾਸ ਨੇ ਸੰਗਤਾਂ ਨੂੰ ਨਾਲ ਲੈ ਕੇ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਨਾਲ ਵੀ ਵਿਚਾਰ ਕੀਤੀ। ਮੈਂ ਉਹਨਾਂ ਨੂੰ ਇਤਿਹਾਸ ਦੇ ਉਹ ਅੰਸ਼ ਵੀ ਲੈ ਕੇ ਗਿਆ ਪੜ੍ਹਾਏ। ਉਦੋਂ ਫਿਰ ਸਾਰਾ ਨਿਰਣਾ ਕੀਤਾ ਕਿ ਜਿੱਥੇ ਗੁਰੂ ਸਾਹਿਬ ਲਾ ਕੇ ਗਏ ਆ ਨਿਸ਼ਾਨ ਸਾਹਿਬ,
ਉੱਥੇ ਹੀ ਰਹੇਗਾ ਔਰ ਅੱਜ ਉੱਥੇ ਹੀ ਗੁਰਦਰਬਾਰ ਦੇ ਅੰਦਰ ਸੁਨਹਿਰੀ ਖੰਡੇ ਵਾਲਾ ਨਿਸ਼ਾਨ ਸਾਹਿਬ ਝੂਲ ਰਿਹਾ ਹੈ, ਸੰਗਤਾਂ ਦਰਸ਼ਨ ਕਰਦੀਆਂ ਹਨ। ਗੁਰੂ ਕੇ ਨਿਸ਼ਾਨ ਸਾਹਿਬ ਜੀ ਦੀ ਇੰਨੀ ਵੱਡੀ ਮਹਾਨਤਾ, ਇੰਨਾ ਵੱਡਾ ਅਦਬ ਔਰ ਸਤਿਕਾਰ ਗੁਰੂ ਸਾਹਿਬਾਨਾਂ ਨੇ ਆਪ ਕੀਤਾ। ਸਾਧ ਸੰਗਤ ਜੀ, ਨਿਸ਼ਾਨ ਸਾਹਿਬ ਇਹ ਧਰਮ ਦੀ ਧੁਜਾ ਹੈ, ਧਰਮ ਦਾ ਨਿਸ਼ਾਨ ਹੈ ਔਰ ਗੁਰੂ ਘਰ ਦਾ ਖਾਲਸੇ ਦਾ ਇੱਕੋ ਇੱਕ ਨਿਸ਼ਾਨ ਹੈ ਜਿਹੜਾ ਕੁੱਲ ਦੁਨੀਆ ਵਿੱਚ ਝੂਲਦਾ। ਅਮੈਰੀਕਾ, ਕਨੇਡਾ, ਇੰਗਲੈਂਡ, ਯੂਰਪ, ਅਰਬ ਕੰਟਰੀਆਂ ਤੱਕ ਜਿੱਥੇ ਮਰਜ਼ੀ ਚਲੇ ਜਾਓ, ਦੇਸ਼ਾਂ ਦੇ ਝੰਡੇ ਝੂਲਦੇ ਹੈ, ਦੇਸ਼ਾਂ ਦੇ ਲੋਕ ਆਪਣੇ ਝੰਡਿਆਂ ਨੂੰ ਸਲਾਮੀ ਦਿੰਦੇ ਹੈ ਔਰ ਉਸ ਅੱਗੇ ਝੁੱਕ ਕੇ ਸਾਰੇ ਸਿਰ ਨਵਾ ਕੇ ਖੜੋਂਦੇ ਹੈ। ਗੁਰੂ ਕੇ ਨਿਸ਼ਾਨ ਨੂੰ ਕੋਈ ਸਿੱਖ ਨਮਸਕਾਰ ਕਰਦਾ, ਪ੍ਰਕਰਮਾ ਕਰਦਾ, ਇਹ ਕੋਈ ਪਾਪ ਹੋ ਗਿਆ? ਇੱਕ ਦੁਨਿਆਵੀ ਝੰਡੇ ਨੂੰ ਸਲਾਮੀ ਦਿੱਤੀ ਜਾਂਦੀ ਹੈ ਤੇ ਨਿਸ਼ਾਨ ਸਾਹਿਬ ਦਾ ਸਤਿਕਾਰ, ਨਿਸ਼ਾਨ ਸਾਹਿਬ ਦੇ ਅੱਗੇ ਪ੍ਰਕਰਮਾ ਕਰਨੀਆਂ ਔਰ ਨਮਸਕਾਰ ਕਰਨੀ, ਸਾਧ ਸੰਗਤ ਜੀ ਕਿਵੇਂ ਮਨਮਤ ਕਿਵੇਂ ਹੋਈ? ਅਮੈਰੀਕਾ ਦੇ ਵਿੱਚ ਵੀ ਝੰਡਾ ਝੂਲਦਾ, ਉਹਨਾਂ ਦੇ ਝੰਡੇ ਦੇ ਬਰਾਬਰ ਕਿਸੇ ਹੋਰ ਮੁਲਕ ਦਾ ਝੰਡਾ ਨਹੀਂ ਲੱਗ ਸਕਦਾ, ਜੇ ਲਾਉਣਗੇ ਵੀ ਲੋਕ ਤਾਂ ਨੀਵਾਂ। ਪਰ ਗੁਰੂ ਕਾ ਨਿਸ਼ਾਨ ਉੱਥੇ ਉਹਨਾਂ ਦੇ ਝੰਡਿਆਂ ਨਾਲੋਂ ਵੀ ਉੱਚੇ ਝੂਲਦੇ ਹੈ, ਗੁਰ ਅਸਥਾਨਾਂ ਵਿੱਚ, ਗੁਰੂ ਘਰਾਂ ਵਿੱਚ, ਔਰ ਉੱਥੋਂ ਦੀਆਂ ਸਰਕਾਰਾਂ ਵੀ ਨਿਸ਼ਾਨ ਸਾਹਿਬ ਜੀ ਦਾ ਇਸ ਕਰਕੇ ਅਦਬ ਕਰਦੀਆਂ ਹਨ ਕਿ ਧਰਮ ਦਾ ਨਿਸ਼ਾਨ ਹੈ, ਖਾਲਸੇ ਪੰਥ ਦਾ ਨਿਸ਼ਾਨ ਹੈ। ਇਸ ਕਰਕੇ ਦੁਨੀਆਂ ਵਿੱਚ ਇੱਕੋ ਇੱਕ ਜਿਹੜਾ ਨਿਸ਼ਾਨ ਝੂਲਦਾ ਨਾ, ਉਹ ਖਾਲਸਾ ਜੀ, ਗੁਰੂ ਕਾ ਨਿਸ਼ਾਨ, ਖਾਲਸੇ ਪੰਥ ਦੇ ਨਿਸ਼ਾਨ ਦੁਨੀਆਂ ਅੰਦਰ ਝੂਲਦੇ ਹਨ। ਦੁਨੀਆਂ ਦੇ ਕੋਨੇ ਵਿੱਚ, ਕੋਨੇ ਕੋਨੇ ਵਿੱਚ ਖਾਲਸੇ ਦੇ ਨਿਸ਼ਾਨ ਝੂਲਦੇ ਹੈ। ਜਿੱਥੇ ਖਾਲਸੇ ਦੇ ਨਿਸ਼ਾਨ ਝੂਲਦੇ ਉੱਥੇ ਖਾਲਸੇ ਦਾ ਰਾਜ ਭਾਗ ਹੈ। ਇਹ ਖਾਲਸੇ ਦੇ ਰਾਜ ਭਾਗ ਔਰ ਰੂਹਾਨੀ ਅਤੇ ਦੁਨਿਆਵੀ ਬਖਸ਼ਿਸ਼ਾਂ ਦਾ, ਖਾਲਸੇ ਦੇ ਜਾਹੋ ਜਲਾਲ ਦੇ ਪ੍ਰਤੀਕ ਹਨ ਗੁਰੂ ਕੇ ਨਿਸ਼ਾਨ। ਅਰਦਾਸ ਵਿੱਚ ਵੀ ਸ਼ਬਦ ਕਹੇ ਗਏ ਹਨ, ਝੰਡੇ ਬੁੰਗੇ ਜੁਗੋ ਜੁਗ ਅਟਲ। ਝੰਡਿਆਂ ਤੋਂ ਭਾਵ ਹੁੰਦਾ ਨਿਸ਼ਾਨ ਗੁਰੂ ਕੇ, ਬੁੰਗੇ ਖਾਲਸੇ ਦੇ, ਖਾਲਸੇ ਦੇ ਰਹਿਣ ਵਾਲੇ ਟਿਕਾਣੇ। ਉਹਨਾਂ ਨੂੰ ਭਾਵੇਂ ਸਾਧ ਸੰਗਤ ਜੀ ਅਖਾੜੇ ਸ਼ਬਦ ਕਹਿ ਲਓ, ਉਹਨਾਂ ਨੂੰ ਟਿਕਾਣੇ ਸ਼ਬਦ ਕਹਿ ਲਓ, ਉਹਨਾਂ ਨੂੰ ਬੁੰਗੇ ਕਹਿ ਲਓ, ਜਿੱਥੇ ਖਾਲਸਾ ਰਿਹਾ ਕਰਦਾ, ਜਿਵੇਂ ਜੱਸਾ ਸਿੰਘ ਆਲੂਵਾਲੀਏ ਦਾ ਬੁੰਗਾ, ਸਰਦਾਰ ਜੱਸਾ ਸਿੰਘ ਰਾਮਗੜੀਏ ਦਾ ਬੁੰਗਾ ਅੱਜ ਵੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਦੇ ਨਾਲ ਸੁਭਾਈਮਾਨ ਹੈ। ਸੋ ਸਾਧ ਸੰਗਤ ਜੀ, ਖਾਲਸੇ ਦੇ ਟਿਕਾਣਿਆਂ ਦੀ ਵੀ ਸਲਾਮਤੀ ਮੰਗੀ ਗਈ ਹੈ ਗੁਰੂ ਕੋਲੋਂ। ਐਵੇਂ ਡੇਰਾਬਾਦ ਕਰ ਕਰਕੇ ਗਲਤ ਗੱਲਾਂ ਫੈਲਾਈ ਜਾਣੀਆਂ, ਜਿਹੜੇ ਖਾਲਸੇ ਦੇ ਟਿਕਾਣੇ ਹੁੰਦੇ, ਜਿੱਥੋਂ ਖਾਲਸਾ ਸਿੱਖੀ ਦੇ ਬੋਲਬਾਲਿਆਂ ਦਾ ਪ੍ਰਚਾਰ ਪ੍ਰਸਾਰ ਕਰਦਾ, ਉਹ ਖਾਲਸੇ ਦੇ ਬੁੰਗੇ ਹੁੰਦੇ, ਡੇਰੇ ਹੁੰਦੇ, ਟਿਕਾਣੇ ਹੁੰਦੇ, ਅਖਾੜੇ ਹੁੰਦੇ, ਇਹ ਸਾਡੀ ਅਰਦਾਸ ਦੇ ਸ਼ਬਦ ਹਨ। ਇਸ ਕਰਕੇ ਕਦੇ ਵੀ ਗਲਤ ਪ੍ਰਚਾਰ ਨਹੀਂ ਕਰਨਾ ਚਾਹੀਦਾ, ਗਲਤ ਸੋਚ ਨਹੀਂ ਐਸੇ
ਮਹਾਨ ਪਰੰਪਰਾਵਾਂ ਬਾਬਤ ਸਾਨੂੰ ਸੰਗਤਾਂ ਵਿੱਚ ਫੈਲਾਉਣੀ ਨਹੀਂ ਚਾਹੀਦੀ। ਸੋ ਸਾਧ ਸੰਗਤ ਜੀ, ਉਹਨਾਂ ਮਹਾਂਪੁਰਖਾਂ ਨੇ ਗੁਰੂ ਕਾ ਨਿਸ਼ਾਨ ਲਾਇਆ ਔਰ ਸੰਗਤਾਂ ਨੂੰ ਆਗਿਆ ਕੀਤੀ, ਉਦੋਂ ਮਹਾਤਮਾ ਤਿਆਗ ਵਿਰਾਗ ਦੀ ਬਿਰਤੀ ਵਿੱਚ ਰਿਹਾ ਕਰਦੇ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਬਹੁਤ ਘੱਟ ਹੋਇਆ ਕਰਦਾ। ਉਹਨਾਂ ਦਾ ਜਨਮ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਕਾਲ ਵਿੱਚ ਹੋਇਆ ਔਰ ਉਸ ਇਲਾਕੇ ਵਿੱਚ ਸਿੱਖੀ ਦਾ ਬਹੁਤ ਘੱਟ ਪ੍ਰਚਾਰ ਹੁੰਦਾ ਸੀ। ਦੂਸਰਾ, ਸੰਗਤ ਜੀ ਉਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਹਰ ਸਥਾਨ 'ਤੇ ਰੱਖਣ ਲਈ ਯੋਗ ਪ੍ਰਬੰਧ ਅਤੇ ਸਨਮਾਨ ਸਤਿਕਾਰ ਨਹੀਂ ਹੋਇਆ ਕਰਦਾ ਸੀ। ਉਦੋਂ ਸਰੂਪ ਸੰਗਤਾਂ ਹੱਥਾਂ ਨਾਲ ਲਿਖ ਕੇ ਗੁਰ ਅਸਥਾਨਾਂ 'ਤੇ ਸੁਭਾਇਮਾਨ ਕਰਦੀਆਂ ਸਨ। ਫਿਰ ਜਿਹੜੇ ਐਸੇ ਮਹਾਤਮਾ ਸਾਧੂ ਹੁੰਦੇ ਕਿ ਸੰਗਤਾਂ ਨੇ ਆਉਣਾ, ਸਾਡੀ ਪੂਜਾ ਨਾ ਸਾਡੇ ਤੋਂ ਬਾਅਦ ਆਰੰਭ ਹੋ ਜਾਏ, ਉਹ ਜ਼ਿਆਦਾਤਰ ਮਹਾਤਮਾ ਗੁਰੂ ਕੇ ਨਿਸ਼ਾਨ ਝੁਲਾ ਦਿਆ ਕਰਦੇ ਸਨ ਕਿ ਭਾਈ ਗੁਰੂ ਕੇ ਨਿਸ਼ਾਨ ਦੀ ਪੂਜਾ, ਗੁਰੂ ਕੇ ਨਿਸ਼ਾਨ ਦਾ ਸਨਮਾਨ ਸਤਿਕਾਰ ਤੁਸੀਂ ਕਰਨਾ। ਇਸ ਕਰਕੇ ਸਾਧ ਸੰਗਤ ਜੀ ਤਾਂ ਇਹ ਧਰਮ ਦੀਆਂ ਧੁਜਾਂ ਗੁਰੂ ਕੇ ਨਿਸ਼ਾਨ, ਗੁਰੂ ਕੇ ਸਿੱਖ ਲਾਉਂਦੇ ਸਨ। ਸੋ ਨਿਸ਼ਾਨ ਸਾਹਿਬ ਜੀ ਦੀ 100 ਸਾਲਾ ਸ਼ਤਾਬਦੀ ਕੱਲ੍ਹ ਉਸ ਅਸਥਾਨ 'ਤੇ ਮਨਾਈ, ਜਿਸ ਕਰਕੇ ਮੈਂ 2 ਦਿਨ ਆਪ ਜੀ ਦੇ ਦਰਸ਼ਨ ਨਹੀਂ ਕਰ ਸਕਿਆ। ਖਿਮਾ ਦਾ ਜਾਚਕ ਹਾਂ, ਸਿੰਘ ਆ ਕੇ ਕੀਰਤਨ ਕਥਾ ਦੀ ਹਾਜ਼ਰੀ ਭਰਦੇ ਰਹੇ। ਆਓ ਹੁਣ ਤੁਹਾਨੂੰ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਪਰਮ ਪਵਿੱਤਰ ਇਤਿਹਾਸ ਹੈ ਉਸ ਦੀ ਕਥਾ, ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਭਾਈ ਨਾਊ, ਭਾਈ ਭੋਲੂ, ਭਾਈ ਜੱਟੂ ਅਤੇ ਭਾਈ ਮੂਲਾ, ਇਹ 4 ਸਿੱਖ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਏ ਹਨ। ਆਪ ਸੰਗਤਾਂ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਾਊ ਭੋਲੂ ਜਾਤ ਕੇ। ਸਤ ਸੰਗਤ ਜੀ, ਭਾਈ ਨਾਊ ਅਤੇ ਭਾਈ ਭੋਲੂ ਜੋ 2 ਸਿੱਖ ਹਨ, ਸਿੱਖੜ ਸਾਧ ਸੁਜਾਨ। ਇਹ ਸਿੱਖੜ, ਸਿੱਖੜੀ ਵੀ ਕਹਿ ਦਿੰਦੇ ਆ, ਸਿੱਖੜ ਵੀ, ਇਹ ਸਿੱਖੜ ਜਾਤੀ ਦੇ ਬੜੇ ਸ੍ਰੇਸ਼ਟ ਅਤੇ ਸਾਧੂ ਸੁਭਾਅ ਵਾਲੇ ਭਲੇ ਪੁਰਸ਼, ਸਾਧੂ ਗੁਣਾਂ ਵਾਲੇ ਇਹ ਗੁਰੂ ਘਰ ਦੇ ਪ੍ਰੇਮੀ ਔਰ ਸੇਵਕ ਗੁਰਸਿੱਖ ਹਨ। ਜੱਟੂ ਭੀਵਾ ਜਾਤ ਕਾ। ਭਾਈ ਜੱਟੂ ਭੀਵਾ ਜਾਤੀ ਦਾ ਸਿੱਖ ਹੈ। ਮੂਲਾ ਪੁਰਖ ਮਹਾਨ। ਮਹਾਨ ਪੁਰਖ 4 ਭਾਈ ਮੂਲਾ ਜੀ ਹੈ। ਇਹ 4 ਸਿੱਖਾਂ ਦੇ ਨਾਮ ਇੱਥੇ ਗੁਰ ਇਤਿਹਾਸ ਵਿੱਚ ਆਏ ਹੈ। ਚੌਪਈ ਚਾਰੋਂ ਮਿਲ ਸ੍ਰੀ ਅਰਜਨ ਦੁਆਰੇ। ਚਾਰੇ ਮਿਲ ਕੇ ਪੂਜਨੀਕ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰੇ ਸ੍ਰੀ ਅੰਮ੍ਰਿਤਸਰ ਸਾਹਿਬ ਸਤਿਗੁਰਾਂ ਦੇ ਦਰਸ਼ਨ ਕਰਨ ਆਏ ਹਨ। ਆਏ ਨਮੋ ਕੀਨੀ ਹਿਤ ਧਾਰੇ। ਬਹੁਤਾ ਪ੍ਰੇਮ ਅਤੇ ਸ਼ਰਧਾ ਧਾਰ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਇਹਨਾਂ ਸਿੱਖਾਂ ਨੇ ਨਮਸਕਾਰ ਕੀਤੀ।
ਸਤਿਗੁਰੂ ਨੂੰ ਮੱਥਾ ਟੇਕਿਆ ਹੈ। ਗੁਰੂ ਗਰੀਬ ਨਿਵਾਜ ਕੇ ਪਾਸ, ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਦੇ ਪਾਸ। ਗੁਰੂ ਘਰ ਦਾ ਬਿਰਦਾ ਗਰੀਬਾਂ ਨੂੰ ਨਿਵਾਜਣਾ। ਸੋ ਸਾਧ ਸੰਗਤ ਜੀ, ਗਰੀਬਾਂ ਨੂੰ ਨਿਵਾਜਣ ਵਾਲੇ, ਅੱਜ ਕੱਲ੍ਹ ਲੋਕ ਸਾਧ ਸੰਗਤ ਜੀ ਅਮੀਰਾਂ ਨੂੰ ਨਿਵਾਜਣ ਵਾਲੇ, ਅਮੀਰਾਂ ਦੀਆਂ ਖੁਸ਼ਾਮਦਾਂ ਕਰਨੀਆਂ, ਉਹਨਾਂ ਦੀਆਂ ਬੁੱਤੀਆਂ ਕਰਨੀਆਂ, ਪਰ ਗਰੀਬਾਂ ਨੂੰ ਕੌਣ ਨਿਵਾਜਦਾ? ਇਹ ਗੁਰੂ ਦਾ ਦਰ ਹੀ ਨਿਵਾਜਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿੰਨਾ ਮਾਣ ਸਨਮਾਨ ਗੁਰੂ ਕੇ ਸਿੱਖਾਂ ਨੂੰ ਦਿੱਤਾ। ਇਹਨ ਗਰੀਬ ਸਿੱਖਣ ਕੌ ਦੇਊਂ ਪਾਤਸ਼ਾਹੀ, ਜੇ ਯਾਦ ਕਰੇ ਹਮਰੀ ਗੁਰਿਆਈ। ਲੋਕ ਨਾ ਲੋਕ ਰਾਜ ਭਾਗ ਰਾਜਿਆਂ ਨੂੰ ਦਿੰਦੇ ਸਨ, ਰਾਜੇ ਅੱਗੇ ਆਪਣੇ ਪੁੱਤਰ ਪੋਤਰਿਆਂ ਨੂੰ ਪੀੜ੍ਹੀਆਂ ਦਰ ਪੀੜ੍ਹੀ ਰਾਜ ਦਿਆ ਕਰਦੇ। ਇਉਂ ਰਾਜ ਭਾਗ ਦੇ ਵਾਰਸ ਵਜ਼ੀਰ ਆਪਣੇ ਪੁੱਤਰਾਂ ਨੂੰ ਵਜ਼ੀਰ ਬਣਾਉਂਦੇ, ਗਰੀਬਾਂ ਨੂੰ ਵਿਚਾਰਿਆਂ ਨੂੰ ਸਾਧ ਸੰਗਤ ਜੀ ਨੌਕਰ ਬਣਾ ਕੇ ਰਾਜੇ ਲੋਕ ਰੱਖਦੇ ਸਨ ਆਪਣੇ ਰਾਜ ਦਰਬਾਰਾਂ ਵਿੱਚ, ਉਹਨਾਂ ਤੋਂ ਚਾਕਰੀ ਕਰਾਉਂਦੇ ਸਨ। ਪਰ ਇਹ ਸਤਿਗੁਰੂ ਦਾ ਬਿਰਦ ਹੈ ਕਿ ਗਰੀਬਾਂ ਨੂੰ ਨਿਵਾਜ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਗੁਰਬਾਣੀ ਵਿੱਚ ਵੀ ਸਤਿਗੁਰੂ ਜੀ ਦੇ ਬਚਨ ਹਨ। ਭਾਈ ਵਾਹਿਗੁਰੂ ਭਗਤ ਰਵਿਦਾਸ ਜੀ ਫੁਰਮਾਨ ਕਰਦੇ ਆ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਾਈਆਂ ਮੇਰਾ ਮਾਥੈ ਛਤਰ ਧਰੈ। ਹੇ ਲਾਲ ਪਿਆਰੇ ਵਾਹਿਗੁਰੂ, ਐਸੀ ਕਿਰਪਾ ਤੇਰੇ ਤੋਂ ਬਿਨਾਂ ਕੌਣ ਕਰ ਸਕਦਾ ਕਿ ਗਰੀਬਾਂ ਨੂੰ ਨਿਵਾਜ ਕੇ ਉਹਨਾਂ ਦੇ ਸਿਰਾਂ 'ਤੇ ਤੂੰ ਸੋਨੇ ਦੇ ਛਤਰ ਝੁਲਾ ਦਿੰਦਾ, ਉਹਨਾਂ ਨੂੰ ਰਾਜ ਭਾਗ ਬਖਸ਼ ਦਿੰਦਾ। ਇਹ ਤੇਰੀ ਕਿਰਪਾ ਹੈ, ਤੇਰੇ ਤੋਂ ਬਿਨਾਂ ਕੌਣ ਐਸਾ ਮਹਾਨ ਪਰਉਪਕਾਰ ਮਹਾਨ ਬਖਸ਼ਿਸ਼ਾਂ ਕਰ ਸਕਦਾ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਹੈ ਖਾਲਸੇ ਪੰਥ ਨੂੰ ਕਿ ਮੈਂ ਆਪਣੇ ਗਰੀਬ ਸਿੱਖਾਂ ਨੂੰ ਰਾਜ ਦਊਂਗਾ, ਰਾਜ ਭਾਗ ਦੇ ਵਾਰਸ ਬਣਾਊਂਗਾ, ਦੁਨੀਆਂ ਦੇ ਵਿੱਚ ਮੇਰੇ ਸਿੱਖ ਰਾਜ ਕਰਨਗੇ ਆਉਣ ਵਾਲੇ ਸਮੇਂ ਵਿੱਚ। ਮੇਰੇ ਖਾਲਸੇ ਦਾ ਜੁਗੋ ਜੁਗ ਅਟਲ ਰਾਜ ਰਹੇਗਾ। ਇਸ ਕਰਕੇ ਇਹ ਸਾਡੇ ਗੁਰੂ ਘਰ ਦੀ ਗੁਰਿਆਈ ਨੂੰ ਬਖਸ਼ਿਸ਼ ਨੂੰ ਇਹ ਸਿੱਖ ਯਾਦ ਕਰਨਗੇ ਕਿ ਜਿਨ੍ਹਾਂ ਨੂੰ ਰਾਜ ਦੇ ਨੇੜੇ ਵੀ ਨਹੀਂ ਕਦੇ ਲੱਗਣ ਦਿੱਤਾ ਜਾਂਦਾ ਸੀ, ਉਹ ਰਾਜ ਤਖਤ ਦੇ ਸੋਨੇ ਦੇ ਹੀਰਿਆਂ ਦੇ ਜੜਤ ਸਿੰਘਾਸਨਾਂ ਦੇ ਮਾਲਕ ਬਣਾ ਦਿੱਤੇ ਗਏ। ਐਸਾ ਨਿਵਾਜ ਗਰੀਬਾਂ ਨੂੰ ਨਿਵਾਜਣ ਵਾਲਾ ਦਰ ਕੇਵਲ ਗੁਰੂ ਘਰ ਹੈ। ਇਉਂ ਗਰੀਬਾਂ ਨੂੰ ਨਿਵਾਜਣ ਵਾਲੇ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਸ ਹਜ਼ੂਰੀ ਵਿੱਚ ਚਰਨਾਂ ਵਿੱਚ ਕਰ ਜੋਰਤ ਭਾਖੀ ਅਰਦਾਸ, ਹੱਥ ਜੋੜ ਕੇ ਨਾ ਸਿੱਖਾਂ ਨੇ ਬੇਨਤੀ ਕੀਤੀ ਹੈ। ਬਾਨੀ ਤੁਮਰੀ ਅਨਕ ਪ੍ਰਕਾਰ, ਹੇ ਮਹਾਰਾਜ ਅਨੇਕਾਂ ਤਰ੍ਹਾਂ ਦੀ ਗੁਰੂ ਕੀ ਬਾਣੀ ਆਪ ਜੀ ਨੇ ਵੱਖੋ ਵੱਖਰੇ ਪੱਖਾਂ ਬਾਬ ਤੋਂ ਉਪਦੇਸ਼ ਦਿੰਦਿਆਂ ਵੱਖੋ ਵੱਖਰੇ ਵਿਸ਼ਿਆਂ ਉੱਤੇ ਉਚਾਰੀ ਹੈ। ਉਚਰੋ ਜੁਦਾ ਜੁਦਾ ਅਧਿਕਾਰ, ਉਚਾਰਨ ਕੀਤੀ ਹੈ ਵੱਖਰੇ ਵੱਖਰੇ ਅਧਿਕਾਰ ਹਨ। ਬਾਣੀ ਇੱਕੋ ਹੀ ਹੈ ਪਰ ਮਰਜ਼ਾਦਾ ਬਣਾਈ ਹੈ। ਜਪਜੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਗੁਰਸਿੱਖ ਕਰਦੇ, ਕਾਰਜਾਂ ਵੇਲੇ ਗੁਰਸਿੱਖ ਜਪਜੀ ਸਾਹਿਬ ਦੇ ਪਾਠ ਕਰਦੇ। ਸਾਧ ਸੰਗਤ ਜੀ, ਸ਼ਾਮ ਨੂੰ ਦਿਨ ਛਿਪਣ ਨਾਲ ਸੋਦਰ ਦਾ ਪਾਠ, ਸੰਧਿਆ ਸੋਦਰ ਗਾਵੀ ਹੈ, ਸ਼ਾਮ ਨੂੰ ਗੁਰੂ ਕੇ ਸਿੱਖ ਸੋਦਰ ਰਸ ਦਾ ਪਾਠ, ਅੰਮ੍ਰਿਤ ਵੇਲੇ ਜਪ ਉਚਾਰਾ, ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦਾ ਪਾਠ, ਔਰ ਬਰਾਡਣ ਲੱਗਿਆਂ ਸਾਧ ਸੰਗਤ ਜੀ ਕੀਰਤਨ ਸੋਹਲੇ ਦਾ ਪਾਠ,
ਰਹਿ ਰਾਸ ਤੋਂ ਬਾਅਦ ਆਰਤੀ ਆਰਤੀ ਦਾ ਕੀਰਤਨ ਗੁਰੂ ਕੇ ਸਿੱਖ ਕਰਦੇ। ਇਹ ਗੁਰੂ ਨਾਨਕ ਸਾਹਿਬ ਜੀ ਨੇ ਮਰਯਾਦਾ ਦਿੱਤੀ। ਫਿਰ ਧੰਨ ਗੁਰੂ ਅਰਜਨ ਦੇਵ ਜੀ ਨੇ ਆਗਿਆ ਕੀਤੀ, ਬਾਣੀ ਸੁਖਮਨੀ ਸਾਹਿਬ ਉਚਾਰੀ ਔਰ ਹੁਕਮ ਕੀਤਾ ਕਿ ਭਾਈ ਸੁਖਮਨੀ ਸਾਹਿਬ ਦਾ ਪਾਠ ਵੀ ਗੁਰਸਿੱਖ ਕਰਿਆ ਕਰੋ। 24,000 ਤੁਹਾਡੇ ਸਵਾਸ ਸਫਲੇ ਹੋ ਜਾਂਦੇ ਆ, ਪਵਿੱਤਰ ਹੋ ਜਾਂਦੇ ਆ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਨਾਲ। ਇਸ ਕਰਕੇ ਫਿਰ ਗੁਰਸਿੱਖ ਆਪਣੇ ਨਿਤਨੇਮ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਦੇ, ਆਸਾ ਜੀ ਦੀ ਵਾਰ ਦਾ ਪਾਠ ਕਰਦੇ। ਦਸਮ ਪਿਤਾ ਜੀ ਨੇ ਅੰਮ੍ਰਿਤ ਵੇਲੇ ਅੰਮ੍ਰਿਤ ਛਕਾ ਕੇ ਪੰਜ ਬਾਣੀਆਂ ਦਾ ਇਹ ਮਹਾਨ ਪਹਿਰਾ ਲਾਇਆ, ਮਹਾਨ ਬਖਸ਼ਿਸ਼ਾਂ ਸਾਡੇ ਉੱਤੇ ਕੀਤੀਆਂ ਕਿ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪੀ ਸਾਹਿਬ, ਆਨੰਦ ਸਾਹਿਬ, ਇਹ ਪੰਜ ਬਾਣੀਆਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਕਰਨੀਆਂ। ਸ਼ਾਮ ਨੂੰ ਰਹਿ ਰਾਸ ਆਰਤੀ ਆਰਤਾ ਕੀਰਤਨ ਸੋਲਾ, ਇਉਂ ਇਹ ਬਾਣੀ ਵੱਖੋ ਵੱਖਰਿਆਂ ਸਮਿਆਂ ਲਈ ਔਰ ਹਰ ਸੰਸਕਾਰ ਲਈ ਗੁਰਬਾਣੀ ਹੈ ਸਾਧ ਸੰਗਤ ਜੀ, ਔਰ ਸਹਿਜ ਪਾਠ, ਅਖੰਡ ਪਾਠ, ਇਹ ਸਾਰੀ ਮਰਯਾਦਾ ਗੁਰੂ ਸਾਹਿਬ ਜੀ ਨੇ ਬਣਾਈ ਹੈ। ਔਰ ਗੁਰੂ ਕੇ ਸ਼ਬਦਾਂ ਦੇ ਵਿੱਚ ਵੀ ਵੱਖੋ ਵੱਖਰੇ ਅਧਿਕਾਰ ਹਨ। ਗੁਰਮੁਖਾਂ ਦਾ ਅਧਿਕਾਰ ਹੈ, ਗੁਰਸਿੱਖਾਂ ਦਾ ਅਧਿਕਾਰ ਹੈ, ਸੰਤਾਂ ਦਾ, ਭਗਤਾਂ ਦਾ, ਸਾਧੂਆਂ ਦਾ, ਸੇਵਾ ਕਰਨ ਵਾਲੇ ਸੇਵਕਾਂ ਦਾ, ਵੱਖੋ ਵੱਖਰੇ ਜਿਹੋ ਜਿਹੋ ਜਿਹਾ ਕਿਸੇ ਦਾ ਅਧਿਕਾਰ ਹੈ, ਵੈਸੀ ਵੈਸੀ ਬਾਣੀ, ਜਿਹੋ ਜਿਹੋ ਜੀ ਕਿਸੇ ਦੀ ਬਿਰਤੀ ਹੈ, ਵੈਸਾ ਵੈਸਾ ਉਪਦੇਸ਼ ਬਾਣੀ ਉਚਾਰਨ ਕਰਕੇ ਮੇਰੇ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਜਸ ਅਧਿਕਾਰ ਆਪਣੋ ਜਾਣੇ। ਇਹ ਸੰਗਤ ਜੀ ਹੁਣ ਧਿਆਨ ਨਾਲ ਸੁਣਨ ਵਾਲੇ ਬਚਨ ਹੈ ਕਿ ਮਹਾਰਾਜ ਹੁਣ ਸਾਨੂੰ ਕਿਵੇਂ ਪਤਾ ਲੱਗੇ ਕਿ ਮੇਰਾ ਅਧਿਕਾਰ ਕੀ ਹੈ, ਮੈਂ ਕਿਹੜੀ ਬਾਣੀ ਪੜ੍ਹਾਂ ਜਾਂ ਕੀ ਸੇਵਾ ਕਰਾਂ ਜਾਂ ਕਿਵੇਂ ਮੈਂ ਆਪਣੇ ਜੀਵਨ ਨੂੰ ਗੁਰੂ ਦੇ ਹੁਕਮ ਵਿੱਚ ਤੋਰ ਸਕਦਾ ਹਾਂ। ਜਸ ਜਿਹੋ ਜਿਹਾ ਆਪੋ ਆਪਣਾ ਅਧਿਕਾਰ ਹੈ, ਆਪਣਾ ਅਧਿਕਾਰ ਅਸੀਂ ਕਿਵੇਂ ਜਾਣੀਏ ਕਿ ਸਾਨੂੰ ਕਿਵੇਂ ਪਤਾ ਲੱਗੇ ਕਿ ਮੇਰਾ ਅਧਿਕਾਰ ਕੀ ਹੈ, ਮੈਂ ਕਿਹੜੀ ਬਾਣੀ ਦਾ ਪਾਠ ਕਦੋਂ ਕਰਨਾ ਹੈ। ਇਸ ਅਧਿਕਾਰ ਬਾਬਤ ਸਤਿਗੁਰੂ ਜੀ ਕਹਿਓ ਸ਼ਬਦ ਕੋ ਆਸ਼ੈ ਮਾਨੇ ਨੂੰ, ਜੋ ਗੁਰੂ ਦੇ ਸ਼ਬਦਾਂ ਵਿੱਚ ਕਿਹਾ ਹੋਵੇ ਸਿਧਾਂਤ ਉਸ ਨੂੰ ਅਸੀਂ ਮੰਨੀਏ ਅਤੇ ਉਸ ਅਨੁਸਾਰ ਆਪਣਾ ਜੀਵਨ ਢਾਲੀਏ ਅਤੇ ਕਮਾਈਏ। ਹਮ ਤੋ ਆਪਣੋ ਜਿਮ ਅਧਿਕਾਰ, ਅਸੀਂ ਤਾਂ ਮਹਾਰਾਜ ਜਿਵੇਂ ਸਾਨੂੰ ਅਧਿਕਾਰ ਹੈ ਕਿ ਅਸੀਂ ਇਹੋ ਜਿਹੀ ਬਿਰਤੀ ਵਾਲੇ ਹਾਂ, ਸਾਡਾ ਕੀ ਹੱਕ ਹੈ, ਕਿਹੜਾ ਅਧਿਕਾਰ। ਅਧਿਕਾਰ ਦਾ ਅਰਥ ਹੁੰਦਾ ਹੱਕ ਵੀ ਹੁੰਦਾ ਕਿ ਸਾਡਾ ਅਧਿਕਾਰ, ਸਾਡਾ ਹੱਕ ਕੀ ਹੈ, ਕਿਸ ਤਰ੍ਹਾਂ ਹੈ ਸਾਡੀ ਬਿਰਤੀ। ਨਹੀਂ ਪਛਾਣ ਸਕਹਿ ਨਿਰਧਾਰ, ਨਿਰਣੇ ਪੂਰਵਕ ਅਸੀਂ ਨਹੀਂ ਪਛਾਣ ਸਕਦੇ, ਸਾਨੂੰ ਇੰਨੀ ਸਮਝੀ ਨਹੀਂ ਹੈ। ਹੇ ਗਰੀਬ ਨਿਵਾਰ ਸਤਿਗੁਰੂ, ਸਾਨੂੰ ਇੰਨੀ ਸੋਝੀ ਨਹੀਂ ਹੈ ਕਿ ਅਸੀਂ ਕਿਵੇਂ ਵੇਖੀਏ, ਕਿਵੇਂ ਸਮਝੀਏ, ਕਿਸ ਤਰ੍ਹਾਂ ਵਿਚਾਰੀਏ ਕਿ ਸਾਡਾ ਕੀ ਅਧਿਕਾਰ ਹੈ। ਆਮ ਬੰਦੇ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਹੈ ਕਿ ਬਾਣੀ ਦਾ ਕੀ ਉਪਦੇਸ਼ ਹੈ, ਬਾਣੀ ਕਿਵੇਂ ਉਚਾਰਨੀ ਹੈ, ਕਿਵੇਂ ਗੁਰਬਾਣੀ ਕਿਸ ਪ੍ਰਥਾਏ ਪੜ੍ਹਨੀ ਹੈ। ਇਸ ਕਰਕੇ ਮਹਾਰਾਜ ਅਸੀਂ ਨਹੀਂ ਪਛਾਣ ਸਕਦੇ, ਸਾਡੇ ਕੋਲੋਂ ਇਹ ਨਿਰਣਾ ਹੀ ਨਹੀਂ ਹੋ ਸਕਦਾ, ਅਸੀਂ ਫੈਸਲਾ ਹੀ ਨਹੀਂ ਲੈ ਸਕਦੇ
ਕਿ ਅਸੀਂ ਕਿਹੜੀ ਬਾਣੀ ਕਦੋਂ ਪੜ੍ਹਨੀ ਹੈ, ਕਿਸ ਤਰ੍ਹਾਂ ਬਾਣੀ ਦਾ ਉਪਦੇਸ਼ ਸਾਡੇ ਮੰਨਣ ਵਿੱਚ ਆਏਗਾ। ਕਰਮ ਕਰਨ ਕੇ ਹੈ ਅਧਿਕਾਰੀ, ਜਿਹੜੇ ਨਿਸ਼ਕਾਮ ਕਰਮ ਕਰਨ ਦੇ ਅਧਿਕਾਰੀ ਹਨ। ਕਹਿ ਉਪਾਸਨਾ ਕਰ ਹੈ ਵਿਚਾਰੀ, ਦੂਜੇ ਉਪਾਸਨਾ ਭਗਤੀ ਕਰਨ ਵਾਲੇ ਹੈ ਵਿਚਾਰਵਾਨ। ਗਿਆਨ ਕਾਂਡ ਕੇ ਕਹਿ ਅਧਿਕਾਰ, ਇੱਕ ਗਿਆਨ ਕਾਂਡ ਦੇ ਬ੍ਰਹਮ ਗਿਆਨ ਦੀ ਮੰਜ਼ਿਲ ਨੂੰ ਪ੍ਰਾਪਤ ਕਰਨ ਵਾਲੇ ਅਧਿਕਾਰੀ ਹੈ। ਸਤਿਗੁਰ ਹਮ ਸੋ ਕਰੋ ਉਚਾਰ, ਸਤਿਗੁਰੂ ਜੀ ਸਾਨੂੰ ਇਹ ਸਾਰਾ ਦੱਸੋ ਕਿ ਅਸੀਂ ਕਿਹੜੀ ਅਵਸਥਾ ਦੇ ਮਾਲਕ ਹਾਂ, ਅਸੀਂ ਕੀ ਕਰਨਾ ਹੈ, ਸਾਨੂੰ ਕੀ ਕਰਨਾ ਚਾਹੀਦਾ। ਸਾਨੂੰ ਕਰਮ, ਨਿਸ਼ਕਾਮ ਕਰਮ, ਪਵਿੱਤਰ ਕਰਮ ਕਰਨੇ ਚਾਹੀਦੇ ਹੈ ਜਾਂ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਜਾਂ ਭਗਤੀ ਕਰਨੀ ਚਾਹੀਦੀ ਹੈ, ਜਾਂ ਅਸੀਂ ਦੋਨਾਂ ਤੋਂ ਸੇਵਾ ਸਿਮਰਨ ਤੋਂ ਅੱਗੇ ਲੰਘ ਕੇ ਸਾਨੂੰ ਬ੍ਰਹਮ ਗਿਆਨ ਦਾ ਅਧਿਕਾਰ ਕਿਵੇਂ ਪ੍ਰਾਪਤ ਹੋਵੇ, ਇਹ ਕਿਰਪਾ ਕਰਕੇ ਸਾਨੂੰ ਆਪ ਹੀ ਖੋਲ ਕੇ ਦੱਸਣਾ ਕਰੋ, ਗਿਆਨ ਕਰਾਓ, ਸੋਝੀ ਦਿਓ। ਸ੍ਰੀ ਅਰਜਨ ਸੁਣ ਬਾਕ ਬਖਾਨੇ, ਧੰਨ ਗੁਰੂ ਅਰਜਨ ਦੇਵ ਜੀ ਨੇ ਸੁਣ ਕੇ ਇਹਨਾਂ ਸਿੱਖਾਂ ਨੂੰ ਬਚਨ ਕੀਤਾ, ਹੁਕਮ ਕੀਤਾ, ਆਗਿਆ ਕੀਤੀ ਹੈ। ਆਪਣ ਪਰਖ ਨਾ ਇਸ ਵਿਦ ਠਾਨੇ, ਭਾਈ ਬੰਦਾ ਦੂਜਿਆਂ ਦੀ ਬੜੀ ਪਰਖ ਕਰਦਾ, ਕਹਿੰਦਾ ਵੀ ਮੇਰੇ ਵਿੱਚ ਇੰਨੀ ਅਕਲ ਹੈ, ਬੰਦੇ ਨੂੰ ਤੁਰੇ ਆਉਂਦੇ ਨੂੰ ਵੇਖ ਲੈਂਦਾ, ਮੈਂ ਪਰਖ ਲੈਂਦਾ ਕਿ ਇਹ ਕਿਹੋ ਜਿਹੀ ਸੋਚ ਦਾ ਮਾਲਕ ਹੈ, ਕਿਹੋ ਜਿਹੇ ਸੁਭਾਅ ਦਾ ਬੰਦਾ ਹੈ, ਜਾਂ ਇਹਦੇ ਮਨ ਵਿੱਚ ਕੀ ਗੱਲ ਚੱਲ ਰਹੀ ਹੈ। ਕਹਿੰਦਾ ਮੈਂ ਗੱਲਬਾਤ ਤੋਂ, ਹਾਵ ਭਾਵ ਤੋਂ, ਸਿਆਣੇ ਕਹਿੰਦੇ ਆ ਨਾ, ਦਸਤਾਰ, ਗੁਫਤਾਰ ਔਰ ਰਫਤਾਰ ਤਿੰਨਾਂ ਤੋਂ ਬੰਦੇ ਦਾ ਪਤਾ ਲੱਗ ਜਾਂਦਾ, ਤਿੰਨੇ ਨਿਸ਼ਾਨੀਆਂ ਬੰਦੇ ਦਾ ਦੱਸ ਦਿੰਦੀਆਂ ਅੰਦਰਲਾ ਕੀ ਹੈ, ਦਸਤਾਰ ਕਿਹੋ ਜਿਹੀ ਸਜਾਈ ਹੈ। ਦਸਤਾਰ ਨੂੰ ਵੇਖ ਕੇ ਬੰਦੇ ਦੇ ਬਾਬਤ ਲੋਕ, ਸਿਆਣੇ ਲੋਕ, ਬੁੱਧੀਮਾਨ ਅੰਦਾਜ਼ਾ ਲਾ ਲੈਂਦੇ ਕਿ ਕਿਹੋ ਜਿਹੇ ਗੁਣਾਂ ਦਾ ਮਾਲਕ ਹੈ। ਜੇ ਦਸਤਾਰ ਤੋਂ ਨਾ ਪਤਾ ਲੱਗੇ, ਫਿਰ ਸਾਧ ਸੰਗਤ ਦੀ ਗੁਫਤਾਰ ਤੋਂ, ਬੋਲ ਬਾਣੀ ਤੋਂ, ਗੱਲਬਾਤ ਤੋਂ ਬੰਦੇ ਅੰਦਰੋਂ ਸਭ ਕੁਝ ਕੱਢ ਲੈਂਦੇ ਹੈ ਕਿ ਬੰਦਾ ਕਿਹੋ ਜਿਹੀ ਸੋਚ ਦਾ ਮਾਲਕ ਹੈ। ਔਰ ਤੀਜੀ ਰਫਤਾਰ, ਰਫਤਾਰ ਨਾਮ ਤੁਰਨ ਦਾ, ਚਾਲ ਤੋਂ ਬੰਦੇ ਦੀ ਪਰਖ ਕਰ ਲੈਂਦੇ ਹੈ ਸਿਆਣੇ ਪੁਰਸ਼। ਸੋ ਇਸ ਕਰਕੇ ਤਿੰਨਾਂ ਗੱਲਾਂ ਕਰਕੇ ਬੰਦੇ ਦੀ ਪਰਖਣਾ ਹੁੰਦੀ ਹੈ। ਦੂਜਿਆਂ ਦੀਆਂ ਪਰਖਾਂ ਵਿੱਚ ਸਾਰਾ ਜੀਵਨ ਲਾ ਦਿੱਤਾ, ਦੂਜਿਆਂ ਦੇ ਵਿੱਚ ਨੋਕ ਝੋਕ ਕੱਢਦਾ ਰਿਹਾ, ਦੂਜਿਆਂ ਦੇ ਵਿੱਚ ਨੁਕਸ ਕੱਢਦਾ ਰਿਹਾ, ਦੂਜਿਆਂ ਨੂੰ ਵੇਖਦਾ ਰਿਹਾ, ਆਪਣੀ ਕਦੇ ਪਰਖੀ ਨਹੀਂ ਕੀਤੀ, ਆਪਣੇ ਬਾਰੇ ਕਦੇ ਸੋਚਿਆ ਨਹੀਂ, ਆਪਣੇ ਬਾਰੇ ਕਦੇ ਅੰਦਰ ਝਾਤ ਹੀ ਨਹੀਂ ਮਾਰੀ, ਅੰਦਰ ਨਹੀਂ ਕਦੇ ਵੇਖਿਆ ਕਿ ਮੈਂ ਕਿਹੜੇ ਤਲ 'ਤੇ ਖਲੋਤਾ, ਮੇਰੀ ਰਫਤਾਰ, ਮੇਰੀ ਗੁਫਤਾਰ ਕਿਹੋ ਜਿਹੀ ਹੈ, ਮੈਂ ਕਿਸ ਸੋਚ ਦਾ ਮਾਲਕ ਹਾਂ, ਮੈਂ ਕਿੱਧਰ ਨੂੰ ਜਾ ਰਿਹਾ ਹਾਂ। ਗੁਰਬਾਣੀ ਦਾ ਸਮੁੱਚੀ ਦਾ ਜਾਂ ਗੁਰ ਇਤਿਹਾਸ ਦਾ ਸਿਧਾਂਤ ਹੈ, ਬੰਦਿਆ ਤੂੰ ਆਪਣੀ ਪਰਖ ਕਰਿਆ ਕਰ। ਫਰੀਦਾ, ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ। ਫਰੀਦ ਸਾਹਿਬ ਕਹਿੰਦੇ ਜੇ ਤੂੰ ਇੰਨਾ ਹੀ ਅਕਲਵਾਨ ਹੈ, ਬੁੱਧੀਵਾਨ ਹੈ, ਸਾਧ ਸੰਗਤ ਜੀ, ਰੇਸ਼ਮ ਵਰਗੀ ਤੇਰੀ ਕੋਮਲ ਤੇ ਸੂਖਮ ਬੁੱਧੀ ਹੈ, ਕਹਿੰਦੇ ਫਿਰ ਕਾਲੇ ਲੇਖ ਨਾ ਜ਼ਿੰਦਗੀ ਵਿੱਚ ਲਿਖ, ਪਾਪ ਨਾ ਕਰਿਆ ਕਰ, ਗੁਨਾਹ ਨਾ ਕਰਿਆ ਕਰ। ਜੇ ਇੰਨਾ ਹੀ ਸਿਆਣਾ, ਭਾਵ ਲਤੀਫ ਸ਼ਬਦ ਤੋਂ
ਭਾਵ ਇਹ ਹੈ ਕਿ ਜੇ ਤੂੰ ਇੰਨਾ ਹੀ ਸਿਆਣਾ ਸਿਆਣੇ ਤੋਂ ਸਿਆਣਾ ਤਾਂ ਆਪ ਨੜੇ ਗਿਰੀਵਾਨ ਮੈਂ ਹੈ, ਆਪਣੇ ਗਿਰੇਵਾਨ ਦੇ ਅੰਦਰ ਬੈਠ ਕੇ ਆਪਣੇ ਅੰਦਰ ਝਾਤ ਮਾਰਿਆ ਕਰ, ਆਪਣੇ ਆਪ ਨੂੰ ਵੇਖਿਆ ਕਰ। ਗਿਰੇਵਾਨ ਕਹਿੰਦੇ ਹੈ ਸਾਧ ਸੰਗਤ ਜੀ ਚੋਲਾ ਵੱਡਾ ਪਾ ਕੇ ਅੰਦਰੋਂ ਆਪਣੇ ਆਪ ਨੂੰ ਸਿਰ ਨੀਵਾਂ ਕਰਕੇ ਵੇਖਣਾ, ਭਾਵ ਨੀਝ ਲਾ ਕੇ ਧਿਆਨ ਲਾ ਕੇ, ਜਾਂ ਚਾਦਰ ਦੀ ਬੁੱਕਲ ਮਾਰ ਕੇ ਉੱਤੋਂ ਸਾਰਾ ਸਿਰ ਪੈਰਾਂ ਤੱਕ ਸਰੀਰ ਢੱਕ ਕੇ ਆਪਣੇ ਅੰਦਰ ਆਪਣੇ ਆਪ ਨੂੰ ਅੰਦਰੋਂ ਵੇਖਣਾ, ਆਪਣੇ ਮਨ ਦੀ ਸੋਚ, ਆਪਣੀਆਂ ਵਿਚਾਰਾਂ ਨੂੰ, ਆਪਣੀ ਅਕਲ ਨੂੰ, ਆਪਣੇ ਫੁਰਨਿਆਂ ਦੇ ਉੱਤੇ ਧਿਆਨ ਟਿਕਾ ਕੇ ਲਾ ਕੇ ਵੇਖਣਾ ਕਿ ਮੇਰੀ ਕੀ ਸੋਚ ਹੈ, ਮੈਂ ਕਿਸ ਤਰ੍ਹਾਂ ਦਾ ਵਰਤ ਵਰਤਾਵ ਜੀਵਨ ਦੇ ਵਿੱਚ ਕਰ ਰਿਹਾ ਹਾਂ, ਮੈਂ ਦੂਜਿਆਂ ਦੇ ਨੁਕਸ ਨਾ ਕੱਢਾਂ, ਪਹਿਲਾਂ ਆਪਣੇ ਨੁਕਸ ਆਪਣੇ ਔਗਣ ਦੂਰ ਕਰਾਂ। ਸਿਆਣਿਆਂ ਨੇ ਕਿਹਾ ਆਪਣੇ ਔਗਣ ਫੋਲ, ਹੋਰ ਦੇ ਫੋਲੀ ਨਾ, ਆਪਣੀ ਗੰਢੜੀ ਖੋਲ ਹੋਰ ਦੀ ਖੋਲੀ ਨਾ। ਆਪਣੇ ਔਗਣਾਂ ਨੂੰ ਫੋਲਣਾ, ਵਿਚਾਰਨਾ ਮਨ ਦੇ ਵਿੱਚ ਕਿ ਮੈਂ ਕੀ ਹਾਂ, ਪਹਿਲਾਂ ਆਪਣਾ ਸੁਧਾਰ ਕਰਨਾ, ਆਪੇ ਨੂੰ ਸੁਧਾਰੋ ਫਿਰ ਦੂਜਿਆਂ ਦੀ ਗੱਲ ਕਰੋ। ਇਸ ਕਰਕੇ ਆਪਣ ਪਰਖਣਾ ਇਸ ਵਿਧ ਠਾਨਾ, ਆਪਣੀ ਪਰਖਣਾ ਕਹਿੰਦੇ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਜਿਹੜਾ ਪਰਖਣਾ ਨਾ ਚੰਗੀ ਤਰ੍ਹਾਂ, ਉਸ ਨੂੰ ਇਸ ਤਰ੍ਹਾਂ ਮਨ ਦੇ ਵਿੱਚ ਠਾਨਣਾ, ਠਾਣ ਲਈ ਗੱਲ ਕਹਿੰਦੇ ਫਲਾਨੇ ਬੰਦੇ ਨੇ ਉਹ ਪੂਰੀ ਕਰਕੇ ਹਟੇਗਾ, ਭਾ ਫੈਸਲਾ ਕਰ ਲਿਆ, ਦ੍ਰਿੜਤਾ ਧਾਰਨ ਕਰ ਲਈ। ਇਉਂ ਆਪਣੀ ਪਰਖਣਾ ਇਸ ਵਿਧ ਠਾਨਾ, ਆਪਣੇ ਆਪ ਨੂੰ ਇਸ ਢੰਗ ਦੇ ਨਾਲ ਪਰਖਣਾ, ਇਸ ਤਰ੍ਹਾਂ ਵਿਚਾਰਨਾ, ਇਸ ਤਰ੍ਹਾਂ ਠਾਣ ਲੈਣਾ ਕਿ ਮੈਂ ਕਿਹੜੀ ਸੋਚ ਦਾ, ਕਿਸ ਵਿਚਾਰ ਦਾ, ਕਿਸ ਕਰਮ ਦਾ ਅਧਿਕਾਰੀ ਹਾਂ। ਉਹ ਸਤਿਗੁਰੂ ਜੀ ਦੱਸਦੇ ਐ ਗੁਰ ਬਚ ਸੁਣ ਜਬ ਉਰ ਮਹਿ ਧਰੇ, ਜਦੋਂ ਕਹਿੰਦੇ ਗੁਰੂ ਦੇ ਬਚਨ ਸੰਗਤ ਵਿੱਚ ਆਵੇ ਉਦੋਂ ਸੁਣਨਾ ਕਰੇ, ਔਰ ਗੁਰੂ ਦੇ ਬਚਨ ਸੁਣ ਕੇ ਹਿਰਦੇ ਵਿੱਚ ਧਾਰਨ ਕਰੇ, ਨਹੀਂ ਕੰਨ ਵਿੱਚ ਇੱਧਰੋਂ ਪਾਇਆ ਦੂਜੇ ਥਣੀ ਕੱਢ ਦਿੱਤਾ। ਅੰਧੇ ਇੱਕ ਨਾ ਲਾਗੇ ਜੋ ਬਾਂਸ ਵਜਾਈ ਹੈ ਫੂਕ, ਬਾਂਸ ਵਿੱਚ ਫੂਕ ਮਾਰ ਦਿਓ ਇੱਧਰੋਂ ਮਾਰੋ ਦੂਜੇ ਪਾਸੇ ਨਿਕਲ ਜਾਂਦੀ ਹੈ, ਵਿੱਚੋਂ ਪੋਲਾ ਹੀ ਰਹਿੰਦਾ। ਇਸ ਤਰ੍ਹਾਂ ਦੀ ਬਿਰਤੀ ਨਹੀਂ ਬਣਾਉਣੀ, ਜਿਹੜੇ ਬਚਨ ਕੰਨਾਂ ਦੁਆਰਾ ਸੁਣੇ ਆ ਉਹਨਾਂ ਨੂੰ ਗੁਰੂ ਦੇ ਬਚਨਾਂ ਨੂੰ ਸੁਣ ਕੇ ਹਿਰਦੇ ਵਿੱਚ ਧਾਰਨ ਕਰਨਾ। ਜੇ ਸੰਗਤ ਜੀ ਗੁਰੂ ਕੀ ਹਜ਼ੂਰੀ ਵਿੱਚ ਆ ਕੇ ਇੱਕ ਬਚਨ ਵੀ ਸੁਣ ਲਿਆ ਨਾ, ਇੱਕ ਵੀ ਮਨ ਵਿੱਚ ਕਰ ਲਵੇ ਫੈਸਲਾ ਕਿ ਮੈਂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਸੰਗਤ ਵਿੱਚੋਂ ਗੁਰਬਾਣੀ ਸੁਣਦਿਆਂ, ਕੀਰਤਨ ਕਥਾ ਸੁਣਦਿਆਂ, ਵਿਚਾਰ ਸੁਣਦਿਆਂ, ਅੱਜ ਤੋਂ ਮੈਂ ਇੱਕ ਬਚਨ ਮੰਨਾਂਗਾ ਤੁਹਾਡਾ ਜ਼ਰੂਰ। ਹਿਰਦੇ ਵਿੱਚ ਧਾਰਨ ਕਰਕੇ ਉਸ ਬਚਨ ਦੀ ਕਰੇ ਕਮਾਈ ਤਾਂ ਸਾਧ ਸੰਗਤ ਜੀ ਸਾਰਾ ਜੀਵਨ ਜਿਹੜਾ ਉਧਰ ਜਾਂਦਾ। ਬਚਨ ਗੁਰੂ ਜੋ ਪੂਰਾ ਕਹਿਓ ਮੈਂ ਛੀਕ ਗਾਂਠਰੀ ਬੰਧਾ, ਐਨ ਕੱਸ ਕੇ ਬੰਦਾ ਦੁਨਿਆਵੀ ਪਦਾਰਥਾਂ ਦੀ, ਧਨ ਦੌਲਤ ਸੋਨਾ ਹੀਰੇ ਆਦਿਕ ਕੀਮਤੀ ਵਸਤੂਆਂ ਦੀ ਗੰਢੜੀ ਨੂੰ ਨਾ ਘੁੱਟ ਕੇ ਬੰਨਦਾ, ਘੁੱਟ ਕੇ ਸੀਨੇ ਨਾਲ ਲਾ ਕੇ ਰੱਖਦਾ ਕਿ ਮੇਰੇ ਕੋਲੋਂ ਚਲੀ ਨਾ ਜਾਏ, ਮੇਰੇ ਕੋਲੋਂ ਘੱਟ ਨਾ ਜਾਏ। ਪਰ ਗੁਰੂ ਦੇ ਬਚਨਾਂ ਦੀ ਗੰਢੜੀ ਬੰਨਦਾ ਹੀ ਨਹੀਂ, ਉਹ ਖੁੱਲੀ ਦੀ ਖੁੱਲੀ ਕਹਿੰਦਾ ਨਿਕਲਦੇ ਨਿਕਲ ਜਾਣ ਕੋਲੋਂ, ਮੈਨੂੰ ਕੀ ਲੋੜ। ਇੱਕ ਇੱਕ ਬਚਨ ਗੁਰੂ ਦਾ ਸੁਣ ਕੇ ਧਾਰ ਲਵੇ। ਇਹ ਗੁਰ ਇਤਿਹਾਸ, ਇਹ ਸਾਖੀਆਂ, ਇਹ ਵਿਚਾਰਾਂ
ਤਾਂ ਇਤਿਹਾਸ ਦਾ ਹਿੱਸਾ ਬਣੀਆਂ ਇਹਨਾਂ ਸਿੱਖਾਂ ਨੇ ਇੱਕ ਇੱਕ ਬਚਨ ਮਨ ਸੁਣਿਆ, ਉਸ ਨੂੰ ਮੰਨਿਆ, ਉਹਨੂੰ ਕਮਾਇਆ ਜ਼ਿੰਦਗੀ ਦੇ ਵਿੱਚ ਇੱਕ ਇੱਕ ਬਚਨ। ਜਿਸ ਮਹਾਂਪੁਰਖ ਦੀ ਯਾਦ ਵਿੱਚ ਬੈਠੇ ਹੋ ਨਾ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਦਸਮ ਪਾਤਸ਼ਾਹ ਜੀ ਦੇ ਪ੍ਰਤੱਖ ਦਰਸ਼ਨ ਕਰਨ ਦੀ ਬੜੀ ਤੀਬਰ ਇੱਛਾ। ਕਹਿਣ ਲੱਗੇ, ਭਾਈ ਆਪਣੇ ਨਿਤਨੇਮ ਤੋਂ ਇਲਾਵਾ 51 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰ, ਇੱਕੋ ਹੀ ਬਚਨ ਕੀਤਾ ਨਾ, ਵੱਧ ਹੋ ਜਾਣ ਤਾਂ ਵੱਧ ਕਰੀ ਤੋਂ ਘੱਟ ਨਾ ਕਰੀ। ਇੰਨੀ ਕਮਾਈ ਕੀਤੀ, 101 ਜਪਜੀ ਸਾਹਿਬ ਜੀ ਦਾ ਪਾਠ, ਬਚਨ ਮੰਨ ਲਿਆ ਨਾ ਸਤਿਪੁਰਸ਼ਾਂ ਦਾ, ਇੱਕੋ ਹੀ ਬਚਨ ਸੀ, ਉਸ ਨੂੰ ਕਮਾਇਆ, ਸਾਰਾ ਜੀਵਨ ਕਮਾਇਆ, ਤੇ ਸਾਧ ਸੰਗਤ ਜੀ ਕਿੱਥੇ ਗੱਲ ਚਲੀ ਗਈ, ਕਿੱਥੇ ਕਿਰਪਾ ਔਰ ਬਖਸ਼ਿਸ਼ ਰਹਿਮਤ ਹੋਈ। ਗੁਰੂ ਦਾ ਬਚਨ ਸੁਣਨਾ ਔਰ ਹਿਰਦੇ ਵਿੱਚ ਉਸ ਨੂੰ ਧਾਰਨ ਕਰਨਾ ਹੈ। ਕਰਮ ਸੁਭਾ ਸੁਭ ਨਿਰਣਾ ਕਰੇ। ਹੁਣ ਪਹਿਲੀ ਗੱਲ, ਪਹਿਲਾ ਪੱਖ ਸਤਿਗੁਰੂ ਜੀ ਦੱਸਦੇ ਹੈ ਕਿ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਗੁਰੂ ਦੇ ਬਚਨ ਸੁਣੇ ਨਾ, ਸਭ ਤੋਂ ਪਹਿਲਾਂ ਬੰਦੇ ਨੂੰ ਸ਼ੁਭ ਔਰ ਅਸ਼ੁਭ ਕਰਮਾਂ ਦਾ ਨਿਰਣਾ ਕਰਨਾ ਚਾਹੀਦਾ ਕਿ ਚੰਗੇ ਕਰਮ ਕਿਹੜੇ ਹੈ, ਮਾੜੇ ਕਰਮ ਕਿਹੜੇ ਹੈ, ਇਹਨਾਂ ਦਾ ਨਿਰਣਾ ਕਰੇ ਵੱਖ ਵੱਖ ਰੂਪਾਂ ਵਿੱਚ, ਚੰਗੇ ਕਰਮਾਂ ਦਾ ਔਰ ਮਾੜੇ ਕਰਮਾਂ ਦਾ। ਪਹਿਲੀ ਗੱਲ ਤਾਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਮਾੜੇ ਕਰਮ ਕੀ ਹੈ, ਚੰਗੇ ਕੀ ਹੈ। ਇਸ ਕਰਕੇ ਸੰਗਤ ਤਾਂ ਕਰਨੀ ਅਤਿ ਜ਼ਰੂਰੀ ਹੈ। ਸੰਗਤ ਤਾਂ ਨਾਮ ਜਪਣ ਵਾਲਿਆਂ ਨੂੰ ਵੀ ਜ਼ਰੂਰ ਕਰਨੀ ਚਾਹੀਦੀ ਹੈ, ਸੇਵਾ ਵਾਲਿਆਂ ਨੂੰ ਵੀ, ਸਾਧਾਰਨ ਲੋਕਾਂ ਨੂੰ ਵੀ। ਸੰਗਤ ਹਰ ਇੱਕ ਲਈ ਜ਼ਰੂਰੀ ਹੈ। ਸੰਗਤ ਤੋਂ ਬਿਨਾਂ ਨਿਰਣਾ ਨਹੀਂ ਹੁੰਦਾ ਆਪਣੀ ਅਵਸਥਾ ਦਾ, ਆਪਣੇ ਜੀਵਨ ਦਾ। ਇਸ ਕਰਕੇ ਸਭ ਤੋਂ ਪਹਿਲਾਂ ਚੰਗੇ ਔਰ ਮਾੜੇ ਕਰਮਾਂ ਦਾ ਨਿਰਣਾ ਕਰਨ ਦੀ ਜਿਹੜੀ ਸੋਝੀ ਹੈ, ਬੁੱਧੀ ਹੈ, ਉਹ ਸੰਗਤ ਵਿੱਚੋਂ ਆ ਕੇ ਮਿਲਦੀ ਹੈ। ਇਸ ਕਰਕੇ ਗੁਰੂ ਕੀ ਹਜ਼ੂਰੀ ਵਿੱਚ ਆ ਕੇ ਜਦੋਂ ਕਥਾ ਕੀਰਤਨ ਸੁਣੇ, ਗੁਰੂ ਕਾ ਉਪਦੇਸ਼ ਸੁਣੇ, ਸ਼ੁਭ ਚੰਗੇ ਕਰਮ, ਪਵਿੱਤਰ ਕਰਮ, ਅਸ਼ੁਭ ਮਾੜੇ ਕਰਮ, ਜਿਨ੍ਹਾਂ ਨੂੰ ਪਾਪ ਕਿਹਾ ਜਾਂਦਾ ਹੈ, ਇਹਨਾਂ ਦਾ ਨਿਰਣਾ ਕਰੇ, ਆਪਣੇ ਜੀਵਨ ਦੇ ਵਿੱਚ ਫੈਸਲਾ ਕਰੇ, ਇਹਨਾਂ ਦਾ ਸਾਰਾ ਵਿਚਾਰ ਕਰੇ ਕਿ ਚੰਗੇ ਕਰਮ ਕਿਹੜੇ ਹੈ, ਮਾੜੇ ਕਰਮ ਕਿਹੜੇ ਹੈ। ਵਿਚਾਰ ਦੀ ਤੱਕੜੀ ਲੈ ਕੇ ਇੱਕ ਪੱਲੜੇ ਵਿੱਚ ਚੰਗੇ ਕਰਮ ਰੱਖ ਲਵੇ, ਇੱਕ ਵਿੱਚ ਮਾੜੇ ਕਰਮ ਰੱਖ ਲਵੇ। ਇਉਂ ਵਿਚਾਰ ਕਰੇ ਵੀ ਚੰਗੇ ਕਿਹੜੇ ਹੈ। ਚੰਗੇ ਉਹੀ ਹੈ ਜਿਹੜੇ ਗੁਰੂ ਨੇ ਕਿਹਾ ਵੀ ਆਹ ਚੰਗੇ ਕਰਮ ਕਰੋ। ਮਾੜੇ ਕਰਮ ਉਹ ਹੈ ਜਿਹਨਾਂ ਵੱਲੋਂ ਗੁਰੂ ਸਾਹਿਬ ਨੇ ਕਰਨ ਤੋਂ ਰੋਕਿਆ ਵੀ ਮਾੜੇ ਕਰਮ, ਇਹ ਪਾਪ ਸਿੱਖਾ ਤੂੰ ਕਦੇ ਵੀ ਨਹੀਂ ਕਰਨਾ। ਇਹਨਾਂ ਦਾ ਨਿਰਣਾ ਸੰਗਤ ਵਿੱਚੋਂ ਹਾਸਲ ਕਰੇ। ਚਾਹਨ ਲੱਗਿਓ ਕਰਮ ਸ਼ੁਭ ਕਰਨਾ। ਫਿਰ ਚਾਹ ਕੇ, ਇੱਛਾ ਕਰਕੇ ਸ਼ੁਭ ਕਰਮ ਕਰਨਾ ਕਰੇ, ਸ਼ੁਭ ਕਰਮਾਂ ਦੇ ਵੱਲ ਨੂੰ ਆਪਣਾ ਕਦਮ ਵਧਾਵੇ, ਇੱਕ ਇੱਕ ਕਰਕੇ ਸ਼ੁਭ ਕਰਮਾਂ ਨੂੰ ਕਰਨ ਲੱਗ ਪਵੇ। ਦਸਮ ਪਿਤਾ ਜੀ ਨੇ ਵੀ ਇਹੀ ਬਚਨ ਕਹੇ ਹੈ ਨਾ, ਦੇਹ ਸ਼ਿਵਾ ਬਰ ਮੋਹੇ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਹੇ ਸੱਚੇ ਪਾਤਸ਼ਾਹ ਅਕਾਲ ਪੁਰਖ, ਸ਼ਿਵਾ ਸ਼ਬਦ ਇੱਥੇ ਅਕਾਲ ਪੁਰਖ ਦਾ ਬੋਧਕ ਹੈ। ਸ਼ਿਵ ਦਾ ਅਰਥ ਹੁੰਦਾ ਕਲਿਆਣ ਦੇਣ ਵਾਲਾ, ਕਲਿਆਣ ਦਾ ਅਰਥ ਹੁੰਦਾ ਸਾਰੇ ਸੁੱਖ ਦੇਣ ਵਾਲਾ, ਕਲਿਆਣ ਦਾ ਅਰਥ ਮੁਕਤੀ ਦੇਣ ਵਾਲਾ।
ਉਹ ਕੌਣ ਹੈ? ਉਹ ਕੇਵਲ ਅਕਾਲ ਪੁਰਖ ਹੀ ਹੈ, ਸਾਰੀਆਂ ਬਖਸ਼ਿਸ਼ਾਂ ਕਰਨ ਵਾਲਾ ਸੱਚੇ ਪਾਤਸ਼ਾਹ। ਹੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ, ਇਹ ਵਰਦਾਨ ਦਿਓ, ਮੇਰਾ ਸਿੱਖ ਪੰਥ, ਮੇਰਾ ਖਾਲਸਾ, ਮੇਰਾ ਸਿੱਖ, ਮੇਰੇ ਗੁਰੂ ਕੇ ਸਿੱਖ ਮਾਈ ਭਾਈ ਸ਼ੁਭ ਕਰਮ ਕਰਦੇ ਰਹਿਣ ਹਮੇਸ਼ਾ। ਨੇਕੀ ਦੇ ਕਰਮ, ਚੰਗਿਆਈ ਦੇ ਕਰਮ, ਭਲਿਆਈ ਦੇ ਕਰਮ ਮੇਰੇ ਸਿੱਖ ਕਰਨ। ਦੇਹ ਸ਼ਿਵਾ, ਹੇ ਵਾਹਿਗੁਰੂ, ਇਹ ਦੇਹ, ਇਹ ਵਰਦਾਨ ਬਖਸ਼, ਇਹ ਅਸੀਸ ਦੇ। ਦੇਹ ਸ਼ਿਵਾ ਬਰ ਮੋਹੇ ਹੈ, ਬਰ ਦਾ ਅਰਥ ਹੁੰਦਾ ਵਰਦਾਨ ਦੇਣਾ। ਹੇ ਮਹਾਰਾਜ, ਮੇਰੇ ਪੰਥ ਨੂੰ ਇਹ ਵਰਦਾਨ ਦਿਓ, ਇਹ ਬਰ ਬਖਸ਼ਿਸ਼ ਕਰੋ ਕਿ ਸਦਾ ਸ਼ੁਭ ਕਰਮ ਕਰਦੇ ਰਹਿਣ, ਸ਼ੁਭ ਕਰਮ ਕਰਦੇ ਰਹਿਣ, ਚੰਗੇ ਨੇਕ ਭਲੇ ਨੇਕੀ ਦੇ ਕਰਮ ਕਰਦੇ ਰਹਿਣ। ਮਹਾਰਾਜ, ਇਹ ਕਦੇ ਬੁਰਾ ਕਰਮ ਨਾ ਕਰਨ, ਪਾਪਾਂ ਵਾਲੇ ਪਾਸੇ ਨਾ ਤੁਰ ਪੈਣ। ਸਾਡੇ ਲਈ ਅਰਦਾਸ ਕਰਕੇ ਵਰਦਾਨ ਵਾਹਿਗੁਰੂ ਅਕਾਲ ਪੁਰਖ ਦੀ ਦਰਗਾਹ ਵਿੱਚੋਂ ਸਾਡੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਵਰਦਾਨ ਮੰਗਿਆ। ਸੰਗਤ ਜੀ, ਮਾਂ ਬਾਪ ਵੀ ਆਪਣੀ ਸੰਤਾਨ ਨੂੰ ਵਰ ਦਿੰਦੇ ਹੈ, ਪਰ ਕਦੋਂ ਦਿੰਦੇ ਹੈ? ਜਦੋਂ ਬੱਚੇ ਮਾਂ ਬਾਪ ਦੀ ਆਗਿਆ ਵਿੱਚ ਚੱਲ ਕੇ ਉਹਨਾਂ ਦੀ ਖੁਸ਼ੀ ਲੈਂਦੇ ਹੈ, ਉਹ ਵੀ ਅਸੀਸ ਦਿੰਦੇ ਹੈ, ਵਰਦਾਨ ਦਿੰਦੇ ਹੈ। ਪਰ ਕਲਗੀਆਂ ਵਾਲੇ ਸਤਿਗੁਰੂ ਨੇ ਸਾਡੇ ਮਾੜੇ ਚੰਗੇ ਕਰਮ ਨਹੀਂ ਦੇਖੇ, ਸਮੁੱਚੇ ਰੂਪ ਦੇ ਵਿੱਚ ਇੱਕੋ ਹੀ ਦਾਤ ਮੰਗੀ ਕਿ ਹੇ ਵਾਹਿਗੁਰੂ, ਮੇਰੇ ਪੰਥ ਨੂੰ ਇਹ ਵਰਦਾਨ ਦੇ ਦਿਓ, ਇਹ ਸ਼ੁਭ ਕਰਮ ਕਰਦੇ ਰਹਿਣ, ਸ਼ੁਭ ਕਰਮ ਕਰਦੇ ਰਹਿਣ, ਤੁਰੇ ਰਹਿਣ ਸ਼ੁਭ ਕਰਮਾਂ ਦੇ ਰਸਤੇ ਦੇ ਉੱਤੇ। ਕਦੇ ਬੁਰੇ ਕਰਮ ਵੱਲ ਨੂੰ ਨਾ ਤੁਰਨ, ਕਦੇ ਨਸ਼ੇ ਨਾ ਖਾਣ, ਕਦੇ ਰੋਮਾਂ ਦੀ ਬੇਅਦਬੀ ਨਾ ਕਰਨ, ਕਦੇ ਬੁਰਾ ਪਾਪ ਨਾ ਕੋਈ ਵੀ ਕਰਨ, ਇਹ ਚੰਗੇ ਕਰਮ ਕਰਨ ਮੇਰੇ ਸਿੱਖ। ਇਸ ਕਰਕੇ ਜਦੋਂ ਹਿਰਦੇ ਵਿੱਚ ਚਾਹ ਪੈਦਾ ਹੋ ਜਾਏ, ਇੱਛਾ ਪੈਦਾ ਹੋ ਜਾਏ, ਨਿਰਣਾ ਕਰੇ ਸੰਗਤ ਵਿੱਚ ਬੈਠ ਕੇ ਮਨ ਨਾਲ ਕਿ ਚੰਗੇ ਕਰਮ ਕਰਨੇ ਆ, ਮਾੜੇ ਨਹੀਂ ਕਰਨੇ, ਮਾੜੇ ਤਿਆਗਣੇ ਆ, ਜਦੋਂ ਮਨ ਵਿੱਚ ਇਹ ਚਾਹ ਪੈਦਾ ਹੋ ਗਈ ਨਾ, ਇੱਛਾ, ਗੱਲ ਚਾਹ ਭਾਵ ਇੱਛਾ ਪੈਦਾ ਹੋਣ ਦੀ ਹੈ, ਸੰਗਤ ਵਿੱਚ ਆਈਦਾ ਕਿ ਮਨ ਵਿੱਚ ਇੱਛਾ ਪੈਦਾ ਹੋ ਜਾਏ, ਲਾਗ ਲੱਗ ਜਾਏ ਗੁਰੂ ਕੀ ਸੰਗਤ ਦੀ, ਕਿ ਮਨ ਵਿੱਚ ਇੱਕ ਖਿੱਚ ਪੈਦਾ ਹੋ ਜਾਏ ਕਿ ਸ਼ੁਭ ਕਰਮ ਕਰਨ ਦੀ। ਇਸ ਕਰਕੇ ਜਦੋਂ ਚਾਹਣ ਲੱਗ ਪਵੇ ਮਨ, ਅੰਦਰੋਂ ਇੱਛਾ ਪੈਦਾ ਹੋ ਜਾਏ, ਫਿਰ ਸ਼ੁਭ ਕਰਮਾਂ ਨੂੰ ਕਰਨਾ ਕਰੇ ਜੀਵਨ ਦੇ ਅੰਦਰ। ਤਉ ਜੇ ਬੁਰੇ ਕਰਮ ਕੋ ਵਿਅਸਨ, ਫਿਰ ਸਾਧ ਸੰਗਤ ਜੀ, ਵਿਅਸਨ ਦਾ ਅਰਥ ਹੁੰਦਾ ਸੁਭਾਅ। ਬੁਰੇ ਕਰਮਾਂ ਵਾਲਾ ਬੰਦੇ ਨੂੰ ਸੁਭਾਅ ਜਿਹੜਾ ਪੈ ਜੇ ਨਾ, ਉਹ ਹਟਦਾ ਨਹੀਂ, ਮੁੜਦਾ ਨਹੀਂ ਨਾ ਮਨ। ਮਨ ਬਦੋ ਬਦੀ ਉੱਧਰ ਨੂੰ ਜਾਂਦਾ, ਪਾਣੀ ਨਵਾਉਣ ਵੱਲ ਨੂੰ ਜਾਏਗਾ ਨਾ, ਪਾਣੀ ਛੱਡ ਦਿਓ ਤੁਸੀਂ ਕਿਤੇ ਵੀ ਨਾ, ਉਹ ਨੀਵੇਂ ਪਾਸੇ ਨੂੰ ਦੌੜਦਾ। ਜੇ ਉੱਚੇ ਪਾਸੇ ਲੈ ਕੇ ਜਾਣਾ ਨਾ, ਤਾਂ ਸਾਧ ਸੰਗਤ ਜੀ, ਤੁਹਾਨੂੰ ਮਿਹਨਤ ਮੁਸ਼ਕਤ ਕਰਨੀ ਪਏਗੀ, ਬੰਨ ਲਾਉਣੇ ਪੈਣਗੇ, ਵੱਟਾਂ ਪਾਉਣੀਆਂ ਪੈਣਗੀਆਂ, ਫਿਰ ਉੱਚੇ ਪਾਸੇ ਨੂੰ ਪਾਣੀ ਚੜ੍ਹਦਾ। ਇਸ ਕਰਕੇ ਜਿਹੜੇ ਬੁਰੇ ਕਰਮਾਂ ਦੇ ਵਿਅਸਨ ਆਦਤਾਂ ਨਾ, ਸੁਭਾਅ, ਇਹ ਅੱਜ ਤੋਂ ਥੋੜ੍ਹੋ ਹੈ, ਜਨਮ ਜਨਮ ਤੋਂ ਇਹ ਜਨਮ ਨੂੰ ਜੀਵ ਨੂੰ ਬੁਰੇ ਕਰਮਾਂ ਦਾ ਸੁਭਾਅ ਬਣ ਗਿਆ ਨਾ, ਸੁਭਾਅ ਵਿੱਚੋਂ ਇਹ ਚੀਜ਼ਾਂ ਹਟਦੀਆਂ ਨਹੀਂ, ਸੁਭਾਅ ਵਿੱਚੋਂ ਦੂਰ ਨਹੀਂ ਹੁੰਦੀਆਂ। ਸੁਭਾਅ ਜਿਹੜਾ ਇਹ ਕਦੋਂ ਬਣਦਾ? ਜਦੋਂ ਬੰਦਾ ਕਰਮ ਕਰਦਾ। ਕੋਈ ਮਾੜੀ ਤੁਸੀਂ ਕੁਸੰਗਤ ਕਰ ਲਓ, ਕੁਸੰਗਤ ਕਰਕੇ ਮਾੜੇ ਪਾਸੇ ਤੁਰ ਪਓ,
ਤੁਰਦਿਆਂ ਤੁਰਦਿਆਂ ਜਦੋਂ ਤੁਸੀਂ ਹਟਦੇ ਨਹੀਂ ਫਿਰ ਉਹ ਸੁਭਾਅ ਬਣ ਜਾਂਦਾ ਜ਼ਿੰਦਗੀ ਦਾ, ਫਿਰ ਬੰਦਾ 100 ਯਤਨ ਕਰਕੇ ਵੀ ਨਹੀਂ ਹਟਦਾ। ਕਹਿੰਦਾ ਪਤਾ ਹੈਗਾ ਵੀ ਮਾੜੇ ਕਰਮ ਕਰਨ ਦਾ ਫਲ ਪਾਪ ਹੈ, ਬੁਰਾ ਹੈ ਇਹਦਾ ਰਿਜ਼ਲਟ, ਪਰ ਮੇਰਾ ਸੁਭਾਅ ਬਣ ਗਿਆ, ਜ਼ਿੰਦਗੀ ਦਾ ਹਿੱਸਾ ਬਣ ਗਿਆ, ਮੈਂ ਛੱਡ ਨਹੀਂ ਸਕਦਾ। ਮਹਾਰਾਜ ਕੀ ਕਹਿ ਰਹੇ ਆ, ਤਾਂ ਵੀ ਕਹਿੰਦੇ ਜਿਹੜੇ ਬੁਰੇ ਕਰਮ ਦੇ ਵਿਅਸਨ ਸੁਭਾਅ ਹੈ, ਆਦਤਾਂ ਜਿਹੜੀਆਂ ਹਨ, ਮਿਟਤ ਨਹੀਂ ਮਨ ਤੇ ਨਿਤ ਚਾਹ। ਸ਼ੁਭ ਕਰਮ ਕਰਦਾ ਸਿੱਖ, ਗੁਰੂ ਦਾ ਬਚਨ ਮੰਨ ਲਿਆ, ਸਤਸੰਗਤ ਕਰਨੀ, ਸੇਵਾ ਕਰਨੀ ਗੁਰੂ ਘਰ ਜਾ ਕੇ, ਪਰ ਮਾੜੇ ਕਰਮ ਮਾੜੀਆਂ ਆਦਤਾਂ ਨਹੀਂ ਖਹਿੜਾ ਛੱਡਦੀਆਂ, ਮਿਟਦੀਆਂ ਨਹੀਂ ਮਨ ਵਿੱਚੋਂ, ਪਰ ਚਾਹੁੰਦਾ ਹੈ, ਨਿਤਾ ਪ੍ਰਤੀ ਚਾਹੁੰਦਾ ਹੈ। ਇਹ ਮਨ ਵਿੱਚ ਚਾਹ ਪੈਦਾ ਹੋ ਗਈ ਕਿ ਮਹਾਰਾਜ ਮੈਂ ਮਾੜੇ ਕਰਮ ਨਹੀਂ ਕਰਨੇ, ਚੰਗੇ ਕਰਨੇ ਅੱਜ ਤੋਂ ਬਾਅਦ, ਪਰ ਮਨ ਵਿੱਚ ਉਹਨਾਂ ਦਾ ਫੇਰ ਫੇਰਾ ਵੱਜਦਾ, ਫੇਰ ਵਾਰ ਵਾਰ ਉਹ ਖਿਆਲ ਉਹਨਾਂ ਵੱਲ ਹੀ ਜਾਂਦਾ, ਧਿਆਨ ਉਹਨਾਂ ਵੱਲ ਹੀ ਜਾਂਦਾ, ਆਦਤਾਂ ਨਹੀਂ ਹਟਦੀਆਂ ਹਨ। ਤੋ ਅਧਿਕਾਰ ਕਰਮ ਕੋ ਤਾਹ, ਫੇਰ ਅਧਿਕਾਰ ਹੈ ਉਸ ਸਿੱਖ ਨੂੰ ਕਿ ਉਹ ਇਹ ਕਰਮ ਕਰੇ, ਜੀਵਨ ਵਿੱਚ ਕਿਹੜਾ ਕਰਮ ਕਰੇ ਆਪਣੇ ਜੀਵਨ ਵਿੱਚ ਬੁਰੀਆਂ ਆਦਤਾਂ ਛੱਡਣ ਲਈ। ਨਾ ਆਦਤ ਛੱਡਣੀ ਸਭ ਤੋਂ ਵੱਡੀ ਕੁਰਬਾਨੀ ਹੈ ਸੰਗਤ ਦੀ, ਇਹ ਛੋਟੀ ਦੀ ਗੱਲ ਨਹੀਂ। ਬੁਰੀਆਂ ਆਦਤਾਂ ਤੋਂ ਖਹਿੜਾ ਛਡਾਉਣਾ ਬਹੁਤ ਕਠਿਨ ਹੈ, ਉੱਚੇ ਪਾਸੇ ਪਾਣੀ ਲਿਜਾਣ ਲਈ ਨਾ ਮੁਸ਼ਕਤ ਕਰਨੀ ਪੈਂਦੀ ਹੈ, ਬੁਰੀਆਂ ਆਦਤਾਂ ਛੱਡਣ ਲਈ ਵੀ ਮੁਸ਼ਕਤ ਕਰਨੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹੈ ਕਿ ਭਾਈ ਉਹ ਸਿੱਖ ਦਾ ਅਧਿਕਾਰ ਹੈ, ਉਸ ਲਈ ਕੀ ਹੁਕਮ ਹੈ, ਕੀ ਆਗਿਆ ਹੈ, ਉਹ ਕਰਮ ਕਰੇ ਜੀਵਨ ਦੇ ਵਿੱਚ ਕਿਹੜਾ ਕਰਮ ਕਰੇ। ਗੁਰ ਸਿੱਖਣ ਕੀ ਸੇਵਾ ਲਾਗੇ, ਮਨ ਨਹੀਂ ਛੱਡਦਾ, ਚਾਹੁੰਦਾ ਜ਼ਰੂਰ ਹੈ ਵੀ ਬੁਰੇ ਕਰਮਾਂ ਤੋਂ ਹਟ ਜਾ। ਫਿਰ ਮਹਾਰਾਜ ਕਹਿੰਦੇ ਉਹਲੀ ਇੱਕ ਜੁਗਤੀ ਆ, ਗੁਰੂ ਕੇ ਸਿੱਖਾਂ ਦੀ ਸੇਵਾ ਵਿੱਚ ਲੱਗ ਪਵੇ, ਲੱਕ ਬੰਨ ਕੇ। ਗੁਰਸਿੱਖਾਂ ਦੀ ਕੀ ਹੈ, ਸੰਗਤ ਦੀ ਸੇਵਾ ਵਿੱਚ, ਸੰਗਤ ਵਿੱਚ ਆ ਕੇ ਜੋੜੇ ਝਾੜੇ, ਸੰਗਤ ਵਿੱਚ ਆ ਕੇ ਜੂਠੇ ਬਰਤਨ ਮਾਂਜੇ, ਗੁਰੂ ਘਰ ਆ ਕੇ ਝਾੜੂ ਦੇਵੇ, ਕੋਈ ਗੁਰੂ ਕਾ ਸਿੱਖ ਮਾਈ ਭਾਈ ਮਿਲ ਜਾਏ, ਉਹਨਾਂ ਦੀ ਜਿੰਨੀ ਸਮਰੱਥਾ ਉਨੀ ਸੇਵਾ ਕਰੇ। ਸਿੱਖ ਗੁਰੂ ਕੇ ਸਿੱਖਾਂ ਨੂੰ ਵੇਖ ਕੇ, ਮਾਈ ਭਾਈ ਗੁਰਸਿੱਖਾਂ ਨੂੰ ਵੇਖ ਕੇ ਭੱਜ ਕੇ ਦੌੜ ਕੇ ਸੇਵਾ ਵਿੱਚ ਲੱਗੇ, ਉਹਨਾਂ ਨੂੰ ਜਲ ਛਕਾਵੇ, ਬਸਤਰ ਦੇਵੇ, ਜੋ ਵੀ ਸੇਵਾ ਕਰ ਸਕਦਾ, ਜਿੰਨੀ ਵੀ ਕਰਨ ਜੋਗਾ। ਚਲੋ ਲੰਗਰ ਵੀ ਨਹੀਂ ਛਕਾ ਸਕਦਾ, ਜਲ ਵੀ ਨਹੀਂ ਪਿਆ ਸਕਦਾ, ਹੋਰ ਵੀ ਸੇਵਾਵਾਂ ਨਹੀਂ ਕਰ ਸਕਦਾ, ਕੇਵਲ ਸਰੀਰ ਹੀ ਆ ਕੋਲੇ, ਤਾਂ ਫਿਰ ਗੁਰੂ ਘਰ ਆ ਜਾਏ, ਗੁਰੂ ਘਰ ਦੀ ਸਾਫ ਸਫਾਈ ਕਰੇ, ਝਾੜੂ ਦੇਵੇ, ਇਸ਼ਨਾਨ ਕਰਾਵੇ, ਫਰਸ਼ਾਂ ਨੂੰ ਧੋਣਾ ਕਰੇ, ਦਰੀਆਂ ਵਿਛਾਵੇ, ਚਾਦਰਾਂ ਵਿਛਾਵੇ, ਜੂਠੇ ਬਰਤਨਾਂ ਨੂੰ ਐਨ ਧਿਆਨ ਨਾਲ ਚੰਗੀ ਤਰ੍ਹਾਂ ਰਗੜ ਰਗੜ ਕੇ, ਐਨ ਚੰਗੀ ਤਰ੍ਹਾਂ ਰੇਤੇ ਨਾਲ ਮਾਂਜ ਮਾਂਜ ਕੇ ਸ਼ੁੱਧ ਕਰੇ, ਪਵਿੱਤਰ ਕਰੇ। ਇਉਂ ਸਾਧ ਸੰਗਤ ਜੀ ਬਰਤਨਾਂ ਦੀ ਸਫਾਈ ਕਰੇ, ਬਰਤਨਾਂ ਨੂੰ ਮਾਂਜੇ, ਔਰ ਫਿਰ ਲੰਗਰ ਦੇ ਵਿੱਚ ਪ੍ਰਸ਼ਾਦਾ ਵਰਤਾਵੇ, ਔਰ ਪ੍ਰਸ਼ਾਦਾ ਪਕਾਉਣ ਦੀ ਬਣਾਉਣ ਦੀ ਸੇਵਾ ਕਰੇ। ਅੱਜ ਤਾਂ ਮਸ਼ੀਨੀ ਸੇਵਾ ਹੋ ਗਈ ਬਹੁਤ ਵੱਡੀ ਗਿਣਤੀ ਵਿੱਚ, ਦਿਨ ਬ ਦਿਨ ਬਹੁਤ ਲਿਆਈ ਵਾਲੇ ਪਾਸੇ ਮਨ ਉੱਧਰ ਨੂੰ ਤੁਰ ਪਏ ਆ ਸਾਡੇ ਸਰੀਰਾਂ ਵਿੱਚ ਵੀ ਬਲ ਨਹੀਂ ਹੈ। ਹਰ ਬੰਦਾ ਚਾਹੁੰਦਾ ਸੁੱਖ ਸਹੂਲਤਾਂ ਜਿੰਨੀਆਂ ਹੋਣ ਉਨਾ ਹੀ ਮੈਂ ਸੁਖੀ ਹਾਂ, ਮਸ਼ੀਨਾਂ ਨਾਲ ਹੀ ਰੋਟੀਆਂ ਪਕਾ ਲਓ, ਮਸ਼ੀਨਾਂ ਨਾਲ ਹੀ ਸਬਜ਼ੀਆਂ ਬਣਾ ਲਓ,
ਹੱਦ ਹੋ ਗਈ ਵਿਦੇਸ਼ਾਂ ਵਿੱਚ ਜਿਸ ਜੂਠੇ ਬਰਤਨ ਮਾਂਜਣ ਦੇ ਨਾਲ ਤੁਹਾਡੇ ਮਨ ਦੀਆਂ ਜੂਠਾਂ ਧੋਤੀਆਂ ਜਾਣੀਆਂ। ਜਿਹੜਾ ਝੂਠ ਬੋਲਦੇ ਹੋ ਸਭ ਤੋਂ ਵੱਡੀ ਜੂਠ ਹੈ, ਜਿਹੜਾ ਬੁਰਾ ਚਿਤਵਦੇ ਹੋ ਸਭ ਤੋਂ ਵੱਡੀ ਜੂਠ ਹੈ, ਜਿਹੜੀ ਕਿਸੇ ਦੀ ਨਿੰਦਿਆ ਕਰਦੇ ਹੋ ਇਹ ਵੀ ਸਭ ਤੋਂ ਵੱਡੀ ਜੂਠ ਹੈ, ਈਰਖਾ ਕਰਨੀ ਇਹ ਵੀ ਸਭ ਤੋਂ ਵੱਡੀ ਜੂਠ ਹੈ, ਵਿਕਾਰਾਂ ਦੀ ਸਭ ਤੋਂ ਵੱਡੀ ਜੂਠ ਹੈ, ਬੁਰਾ ਚਿਤਵਣਾ ਸਭ ਤੋਂ ਵੱਡੀ ਜੂਠ ਹੈ। ਇਹ ਜੂਠਾਂ ਕਦੋਂ ਲੈਣਗੀਆਂ? ਜਦੋਂ ਗੁਰੂ ਕੇ ਬਰਤਨ ਮਾਂਜੋਗੇ। ਬਰਤਨ ਤਾਂ ਮਾਂਜਣੇ ਨਹੀਂ ਆਖੇ ਜੀ, ਮਸ਼ੀਨਾਂ ਹੀ ਧੋ ਰਹੀਆਂ, ਅਤੇ ਫਿਰ ਮਸ਼ੀਨਾਂ ਧੋ ਰਹੀਆਂ, ਮਸ਼ੀਨਾਂ ਨੇ ਬਰਤਨ ਹੀ ਧੋਣੇ ਆ, ਤੁਹਾਡਾ ਮਨ ਨਹੀਂ ਧੋਤਾ ਜਾਣਾ, ਇਹਨਾਂ ਪਾਪਾਂ ਦੀ ਜੂਠ ਤੋਂ ਖਹਿੜਾ ਨਹੀਂ ਛੁੱਟਣਾ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਸਿੱਖਾਂ ਕੋਲ ਕੋਈ ਧਨ ਦੀ ਕਮੀ ਨਹੀਂ ਸੀ, ਦਰਬਾਰ ਸਾਹਿਬ ਚਾਰ ਮਸ਼ੀਨਾਂ ਲਾ ਸਕਦਾ ਸੀ, ਲਿਆ ਕੇ ਨੌਕਰ ਵੀ ਰੱਖ ਸਕਦਾ ਸੀ ਉਹਦੇ ਕੋਲ, ਬੜੀ ਮਹਾਰਾਜ ਨੇ ਦੌਲਤ ਨੂੰ ਬਾਦਸ਼ਾਹ ਦੀ ਦਿੱਤੀ ਹੋਈ ਸੀ। ਗੁਰੂ ਕਾਲ ਦੇ ਵਿੱਚ ਸਾਧ ਸੰਗਤ ਜੀ ਕੋਈ ਧਨ ਦੀ ਕਮੀ ਸੀ? ਸ੍ਰੀ ਅਨੰਦਪੁਰ ਸਾਹਿਬ ਇੱਕ ਦਿਨ ਕਲਗੀਆਂ ਵਾਲੇ ਸਤਿਗੁਰੂ ਨੇ ਖਜ਼ਾਨਚੀ ਨੂੰ ਬੁਲਾਇਆ, ਕਹਿਣ ਲੱਗੇ ਖਜ਼ਾਨਚੀ ਸਿੰਘਾ, ਅੱਜ ਦਾ ਕੇਵਲ ਇੱਕ ਦਿਨ ਦਾ ਚੜਾਵਾ ਗਿਣ ਕਿੰਨਾ ਕੁ ਚੜ੍ਹਿਆ ਸੰਗਤ ਦਾ? 9 ਲੱਖ ਰੁਪਇਆ ਇੱਕ ਦਿਨ ਦਾ ਚੜਾਵਾ ਚੜ੍ਹਿਆ ਉਸ ਸਮੇਂ, 9 ਲੱਖ ਰੁਪਇਆ। ਮਹਾਰਾਜ ਤੁਹਾਨੂੰ ਜੋ ਮਰਜ਼ੀ ਦੇ ਦਿੰਦੇ, ਸੱਚੇ ਪਾਤਸ਼ਾਹ, ਕੀ ਲੋੜ ਸੀ ਉਹਨਾਂ ਨੂੰ ਸੇਵਾ ਕਰਵਾਉਣ ਦੀ? ਕਠਿਨ ਤੋਂ ਕਠਿਨ ਤੀਜੇ ਪਾਤਸ਼ਾਹ ਨੂੰ 12-12 ਸਾਲ ਗਾਗਰ ਦੇ ਜਲ ਢੋਣ ਦੀ ਕੀ ਲੋੜ ਪੈ ਗਈ ਸੀ? ਉਹ ਸਾਡੇ ਲਈ ਪੂਰਨੇ ਪਾਏ, ਸਾਡਾ ਭਲਾ ਕਰਨ ਵਾਸਤੇ। ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਟੋਕਰੇ ਢੋਣ ਦੀ ਕੀ ਸੇਵਾ ਵਿੱਚ ਲੋੜ ਪੈ ਗਈ ਸੀ? ਗੁਰੂ ਅਮਰਦਾਸ ਜੀ ਦੇ ਘਰ ਦੇ ਦਮਾਦ ਸਨ, ਨੌਕਰਾਂ ਨੂੰ ਲਾਈ ਰੱਖਦੇ, ਪਰ ਆਪ ਢੋਏ ਆਪ। ਇਸ ਕਰਕੇ ਭਾਈ ਮਹਾਰਾਜ ਕਹਿੰਦੇ ਗੁਰਸਿੱਖਾਂ ਦੀ ਸੇਵਾ ਵਿੱਚ ਲੱਕ ਬੰਨ ਕੇ ਲੱਗ ਜਾਏ ਕਿ ਬੁਰੀਆਂ ਆਦਤਾਂ ਨਹੀਂ ਛੁੱਟਦੀਆਂ, ਬੁਰੇ ਕਰਮ ਨਹੀਂ ਖਹਿੜਾ ਛੱਡਦੇ। ਅਤੇ ਮਹਾਰਾਜ ਕਹਿੰਦੇ ਚੰਗਾ, ਤੈਨੂੰ ਇੱਕ ਰਸਤਾ ਦੱਸਦੇ ਹਾਂ, ਗੁਰਸਿੱਖਾਂ ਦੀ ਗੁਰੂ ਘਰ ਦੀ ਸੇਵਾ ਵਿੱਚ ਲੱਗ ਜਾ। ਗੁਰਬਾਣੀ ਸੁਣ ਬੇ ਅਨੁਰਾਗੇ, ਗੁਰਬਾਣੀ ਸੁਣਨ ਦੇ ਨਾਲ ਪ੍ਰੇਮ ਪੈਦਾ ਕਰ ਆਪਣੇ ਮਨ ਵਿੱਚ, ਨਾਲੇ ਸੇਵਾ ਕਰਿਆ ਕਰ, ਨਾਲੇ ਬਾਣੀ ਸੁਣਿਆ ਕਰ ਕੰਨਾਂ ਦੇ ਨਾਲ। ਸਨੇ ਸਨੇ ਮਨ ਖੋਟ ਨਿਵਾਰ, ਇਹ ਸੇਵਾ ਤੇਰੇ ਮਨ ਦੀਆਂ ਖੋਟਾਂ ਨੂੰ ਦੂਰ ਕਰੇਗੀ, ਇਹ ਬਾਣੀ ਤੇਰੇ ਜੀਵਨ ਵਿੱਚ ਰਸ ਪੈਦਾ ਕਰੇਗੀ। ਅਭਲਾਖਤ ਪ੍ਰਭ ਦੇਸ਼ ਚਿੱਤ ਧਾਰਾ, ਚਿੱਤ ਦੀ ਧਾਰਨਾ ਕਿੱਧਰ ਨੂੰ ਬਣਾਉਣੀ ਹੈ? ਪ੍ਰਭੂ ਦੀ ਤਰਫ ਤੱਕਦੇ ਰਹਿਣਾ ਕਿ ਹੇ ਸੱਚੇ ਪਾਤਸ਼ਾਹ, ਹੇ ਅਕਾਲ ਪੁਰਖ, ਹੇ ਘਟ ਘਟ ਦੇ ਮਾਲਕ, ਮੇਰੇ ਉੱਤੇ ਵੀ ਕਿਰਪਾ ਕਰ ਦੇ, ਮੇਰੇ ਉੱਤੇ ਵੀ ਮਿਹਰ ਕਰ ਦੇ। ਹਿਰਦੇ ਵਿੱਚ ਇਹ ਅਰਦਾਸਾਂ ਕਰਨੀਆਂ ਆਪਣੇ ਮਨ ਨਾਲ, ਆਪਣੇ ਹਿਰਦੇ ਵਿੱਚੋਂ, ਹੇ ਵਾਹਿਗੁਰੂ ਮੇਰੇ 'ਤੇ ਦਿਆਲਤਾ ਕਰ ਦੇ, ਮੇਰੀਆਂ ਬੁਰੀਆਂ ਆਦਤਾਂ ਤੋਂ ਮੇਰਾ ਖਹਿੜਾ ਛੁਡਾ ਦੇ, ਮੇਰੇ ਔਗਣ ਮੈਨੂੰ ਨਹੀਂ ਛੱਡਦੇ ਪਰ ਮੈਨੂੰ ਇਹਨਾਂ ਤੋਂ ਛੁਡਾ ਦੇ। ਇਉਂ ਪ੍ਰਭੂ ਅੱਗੇ ਬੇਨਤੀਆਂ ਵੀ ਹਿਰਦੇ ਵਿੱਚ ਕਰਨੀਆਂ, ਵਾਹਿਗੁਰੂ ਦੀ ਤਰਫ ਵੇਖਣਾ, ਉਹਦੇ ਚਰਨਾਂ ਵੱਲ ਤੱਕਣਾ ਹੈ। ਜੇ ਗੁਰ ਬਾਕ ਸੁਣੈ ਨਿਜ ਕਾਨ, ਜਿਹੜੇ ਗੁਰੂ ਕੇ ਬਚਨ ਕੰਨਾਂ ਨਾਲ ਸੁਣਨੇ ਹਨ, ਕਰਮ ਅਸ਼ੁਭ ਕੀ ਹੋਏ ਤਬ ਹਾਨ। ਆਖੋ ਭਾਈ ਵਾਹਿਗੁਰੂ ਕਹਿੰਦੇ ਕਰੋੜਾਂ ਜਨਮਾਂ ਦੇ ਅਸ਼ੁਭ ਪਾਪ ਕੀਤੇ ਹੋਇਆਂ ਦਾ ਨਾਸ ਹੋ ਜਾਂਦਾ ਗੁਰੂ ਕੇ ਬਚਨ ਸੁਣਨ ਨਾਲ, ਗੁਰੂ ਕਾ ਕੀਰਤਨ ਸੁਣਨ ਨਾਲ, ਗੁਰੂ ਕੀ ਕਥਾ ਸੁਣਨ ਨਾਲ, ਗੁਰੂ ਕੀ ਬਾਣੀ ਦੇ ਬਚਨ ਸੁਣਨ ਦੇ ਨਾਲ। ਕਹਿੰਦੇ ਕਰੋੜਾਂ ਜਨਮਾਂ ਦੇ ਅਸ਼ੁਭ ਪਾਪਾਂ ਦਾ ਨਾਸ ਹੋ ਜਾਂਦਾ।
ਇਹਨਾਂ ਸੰਗਤ ਵਿੱਚ ਬੈਠਣ ਦਾ ਲਾਭ ਹੈ। ਕੋਈ ਕਦਾਚਿਤ ਜੇ ਬਨ ਆਵੇ, ਕਹਿੰਦੇ ਫੇਰ ਵੀ ਇਹ ਕਰਦਿਆਂ ਕਿਤੇ ਕਦਾਚਿਤ ਅਚਾਨਕ ਮਨ ਵਿੱਚ ਕੋਈ ਬੁਰਾ ਖਿਆਲ ਆ ਗਿਆ, ਕੋਈ ਗੁਨਾਹ ਕੋਈ ਗਲਤੀ ਅਵਗਿਆ ਹੋ ਗਈ ਜੀਵਨ ਵਿੱਚ, ਤਉ ਨ ਆਸੋ ਮਨ ਮਹਿ ਭਾਵੈ, ਫਿਰ ਕਹਿੰਦੇ ਉਹਦੇ ਮਨ ਵਿੱਚ ਗੁਰਮੁਖ ਦੇ ਮਨ ਵਿੱਚ ਉਹ ਚੰਗਾ ਨਹੀਂ ਲੱਗਦਾ ਵੀ ਇਹ ਚੰਗਾ ਨਹੀਂ ਹੋਇਆ, ਬੁਰਾ ਹੋਇਆ, ਪਾਪ ਹੋਇਆ, ਉਹਦੇ ਮਨ ਵਿੱਚ ਪਛਤਾਪ ਪੈਦਾ ਹੁੰਦਾ, ਉਹਨੂੰ ਅਫਸੋਸ ਪੈਦਾ ਹੁੰਦਾ ਮਨ ਵਿੱਚ। ਲਖੈ ਉਪਾਸਨਾ ਕੋ ਅਧਿਕਾਰੀ, ਸਾਧ ਸੰਗਤ ਜੀ ਇਹ ਤਾਂ ਪਿੱਛੇ ਦੱਸਿਆ ਵੀ ਕਰਮ ਇਹਨੂੰ ਵਿਦਵਾਨਾਂ ਨੇ ਵੇਦ ਵਿੱਚ ਵੀ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਅਧਿਕਾਰ ਦਿੱਤਾ ਕਰਮ ਉਪਾਸਨਾ ਗਿਆਨ। ਕਹਿੰਦੇ ਹਿਰਦਾ ਸ਼ੁੱਧ ਨਿਸ਼ਕਾਮ ਕਰਮਾਂ ਤੋਂ ਬਿਨਾਂ ਨਹੀਂ ਹੁੰਦਾ ਤੇ ਭਗਤੀ ਸ਼ੁੱਧ ਹਿਰਦੇ ਤੋਂ ਬਿਨਾਂ ਨਹੀਂ ਹੁੰਦੀ। ਉਪਾਸ਼ਨਾ ਨਾਮ ਭਗਤੀ ਦਾ, ਭਗਤੀ ਤੋਂ ਬਿਨਾਂ ਪ੍ਰਭੂ ਨਹੀਂ ਮਿਲਦਾ, ਰੱਬ ਨਹੀਂ ਮਿਲਦਾ। ਲੱਖ ਜ਼ੋਰ ਲਾ ਲਵੇ ਕੋਈ, ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸੋਨੇ ਦੇ ਭਾਰ ਤੋਲ ਕੇ ਰੱਬ ਨੂੰ ਖਰੀਦਣਾ ਚਾਹੁੰਦੇ ਤਾਂ ਦੁਨੀਆਂ ਦੇ ਚੱਕਰਵਰਤੀ ਬਾਦਸ਼ਾਹ ਮੁੱਲ ਲੈ ਲੈਂਦੇ, ਫਿਰ ਰਵਿਦਾਸ ਜੀ ਨੂੰ ਤਾਂ ਰੱਬ ਨਾ ਮਿਲਦਾ ਨਾ। ਭਗਤ ਰਵਿਦਾਸ ਜੀ ਤਾਂ ਲੋਕਾਂ ਦੇ ਟੁੱਟੇ ਜੋੜੇ ਗੰਢ ਕੇ ਵਿਚਾਰੇ ਗੁਜ਼ਾਰਾ ਕਰਦੇ ਸਨ। ਸੈਨ ਭਗਤ ਜੀ ਵਿਚਾਰੇ ਰਾਜਿਆਂ ਦੀ ਜਾ ਕੇ ਮਾਲਸ਼ੀ ਕਰਦੇ ਸਨ, ਰਾਜ ਦਰਬਾਰਾਂ ਦੇ ਵਿੱਚ ਮੱਟਮ ਪੱਟੀ ਮੱਲਮ ਕਰਦੇ ਸਨ। ਨਾਮਦੇਵ ਜੀ ਚਾਦਰਾਂ ਉੱਤੇ ਵਿਚਾਰੇ ਰੰਗ ਲਾ ਕੇ ਫੁੱਲ ਬੂਟੇ ਪਾ ਕੇ ਦਿਨ ਗੁਜ਼ਾਰਦੇ ਸਨ। ਕਬੀਰ ਸਾਹਿਬ ਵਸਤਰ ਬੁਣ ਬੁਣ ਕੇ ਵੇਚ ਕੇ ਆਪਣੇ ਦਿਨ ਕੱਟਦੇ ਸਨ, ਫਿਰ ਰੱਬ ਉਹਨਾਂ ਨੂੰ ਤਾਂ ਨਾ ਹੀ ਮਿਲਦਾ ਨਾ। ਪਰ ਰੱਬ ਉਹਨਾਂ ਨੂੰ ਮਿਲਿਆ ਜਿਨ੍ਹਾਂ ਦੇ ਹਿਰਦੇ ਵਿੱਚ ਭਾਵਨਾ ਸੀ, ਜਿਨ੍ਹਾਂ ਨੇ ਮਸ਼ਕਤ ਕੀਤੀ ਨਾਮ ਦੀ, ਭਗਤੀ ਦੀ, ਸ਼ੁਭ ਕਰਮਾਂ ਦੀ, ਉਹਨਾਂ ਨੂੰ ਪਰਮਾਤਮਾ ਦਾ ਗਿਆਨ ਪ੍ਰਾਪਤ ਹੋਇਆ। ਇਸ ਕਰਕੇ ਸੰਗਤ ਜੀ ਮਹਾਰਾਜ ਕਹਿੰਦੇ ਵੀ ਜਦੋਂ ਬੁਰੇ ਕਰਮਾਂ ਵੱਲੋਂ ਮਨ ਨਹੀਂ ਨਾ ਹਟਦਾ, ਚਾਹੁੰਦਾ ਵੀ ਹੈ ਸੇਵਾ ਵਿੱਚ ਲੱਕ ਬੰਨ ਕੇ ਲੱਗਦਾ ਹੈ, ਔਰ ਸੇਵਾ ਕਰਦਿਆਂ ਕਰਦਿਆਂ ਜਦੋਂ ਗੁਰੂ ਦੇ ਬਚਨ ਕੰਨਾਂ 'ਚ ਪੈ ਗਏ, ਇੱਕ ਦਿਨ ਐਸੀ ਕਿਰਪਾ ਹੋ ਜਾਏਗੀ, ਅਸ਼ੁਭ ਕਰਮਾਂ ਦੀ ਹਾਨੀ ਹੋ ਜਾਏਗੀ, ਐਨ ਮਨ 'ਚੋਂ ਮੈਲ ਧੋਤੀ ਜਾਏਗੀ, ਹਿਰਦਾ ਐਨ ਸ਼ੁੱਧ ਹੋ ਜਾਏਗਾ, ਪਵਿੱਤਰ ਹੋ ਜਾਏਗਾ, ਨਿਰਮਲ ਹੋ ਜਾਏਗਾ, ਬੁਰਾ ਖਿਆਲ ਹੀ ਨਹੀਂ ਮੁੜ ਕੇ ਮਨ ਵਿੱਚ ਆਏਗਾ। ਕਹਿੰਦੇ ਕਦੇ ਵਾਸਤੇ ਬੁਰਬੇ ਬੁਰੇ ਕਰਮਾਂ ਵੱਲ ਕਦੇ ਕਦਮ ਹੀ ਨਹੀਂ ਉੱਠੇਗਾ, ਉੱਧਰ ਨੂੰ ਜਾਣ ਨੂੰ ਮਨ ਵਿੱਚੋਂ ਗੁਰਮੁਖ ਦੇ ਨਫ਼ਰਤ ਪੈਦਾ ਹੋ ਜਾਂਦੀ ਹੈ। ਹੁਣ ਅਗਲੀ ਅਵਸਥਾ ਦੱਸਦੇ ਵੀ ਭਗਤੀ ਕਰਨ ਦਾ ਕੌਣ ਅਧਿਕਾਰੀ ਹੈ, ਉਹ ਹੈਗੇ ਜਿਨ੍ਹਾਂ ਦੇ ਮਨ ਵਿੱਚ ਕਦੇ ਕਿਤੇ ਭੁੱਲ ਭੁਲੇਖੇ ਕੋਈ ਬੁਰਾ ਖਿਆਲ ਆ ਗਿਆ, ਕੋਈ ਬੁਰੀ ਗਲਤੀ ਵੀ ਹੋ ਗਈ, ਪਰ ਪਛਤਾਪ ਲੱਗ ਗਿਆ ਮਨ ਨੂੰ ਵੀ ਹੋਣਾ ਨਹੀਂ ਚਾਹੀਦਾ ਸੀ, ਬਹੁਤ ਗਲਤ ਹੋਇਆ, ਚੰਗਾ ਨਹੀਂ ਹੋਇਆ, ਮਹਾਰਾਜ ਕਹਿੰਦੇ ਉਹ ਭਗਤੀ ਦੇ ਅਧਿਕਾਰੀ ਹੈ, ਉਹਨਾਂ ਨੂੰ ਭਗਤੀ ਕਰਨੀ ਚਾਹੀਦੀ ਹੈ। ਸਾਡੇ ਤਾਂ ਸਿੱਧੇ ਹੀ ਕਹਿੰਦੇ ਚੱਕ ਲੈ ਮਾਲਾ, ਚੱਕ ਲੈ ਪਾਠ, ਪਹਿਲਾਂ ਸੇਵਾ ਤਾਂ ਕਰਾ ਲਓ, ਘਾਲਣਾ ਤਾਂ ਘਾਲ ਲੈਣ ਵਿਚਾਰੇ 4 ਸਾਲ, ਫਿਰ ਮਾਲਾ ਫੜਾ ਦਿਓ, ਫਿਰ ਕਰਾ ਲਿਓ ਸਿਮਰਨ। ਕਹਿੰਦੇ ਮਾਲਾ ਫੜਾ ਕੇ 4 ਕੁ ਦਿਨ ਸੰਤ ਬਣਾ ਦਿਓ ਜੀ ਇਹਨਾਂ ਨੂੰ, ਦੁਨੀਆ ਇਹਨਾਂ ਦੀ ਪੂਜਾ ਕਰੇ, ਵਾਹ ਵਾਹ ਕਰੇ, ਲੋਕੀ ਪੂਜਾ ਕਰਨ, ਨਾਮ ਦੀ ਨਾ ਉਹ ਪੂਜੀ ਹੈ ਨਾ ਉਹ ਧਿਆਈ ਹੈ, ਨਾਮ ਦੀ ਤਾਂ ਪੂਜਾ ਹੋਣੀ ਹੋਣੀ ਹੈ ਪਰ ਅਵਸਥਾ ਨਹੀਂ ਬਣੇਗੀ ਭਾਈ,
ਵੱਡੇ ਵੱਡੇ ਡੋਲ ਜਾਂਦੇ ਆ, ਸਿਖਰਲੀਆਂ ਮੰਜ਼ਲਾਂ ਤੇ ਗਏ ਮੁੜੇ ਆਉਂਦੇ ਆ। ਜੇ ਐਨ ਸੰਤ ਮਹਾਰਾਜ ਸੰਤ ਅਤਰ ਸਿੰਘ ਜੀ ਮਸਤੂਆਂ ਨੇ ਵਾਲੇ ਜਿਨ੍ਹਾਂ ਨੇ ਤਪ ਕੀਤੇ ਆ, ਕਮਾਈਆਂ ਕੀਤੀਆਂ, ਉਹ ਕਹਿੰਦੇ ਭਾਈ ਇਹ ਮਨ ਦਾ ਕੋਈ ਭਰੋਸਾ ਨਹੀਂ, ਕਦੋਂ ਅੰਦਰੋਂ ਬੁਰਾ ਖਿਆਲ ਕਿਸ ਵੇਲੇ ਵੀ ਇਹਦੇ ਜਾਗ ਪਵੇ, ਕਦੋਂ ਫੁੱਟ ਪਵੇ ਦਾਣੇ ਦੇ ਵਿੱਚੋਂ ਮਾੜੇ ਕਰਮਾਂ ਦੀ ਅੰਗੂਰੀ। ਕਹਿੰਦੇ ਜਿਹੜਾ ਦਾਣਾ ਕੱਚਾ ਰਹਿ ਗਿਆ ਨਾ, ਉਹ ਕਦੇ ਨਾ ਕਦੇ ਬੀਜਿਆਂ ਤੋਂ ਕਿਤੇ ਨਾ ਕਿਤੇ ਉਹਦੇ ਵਿੱਚੋਂ ਅੰਗੂਰ ਫੁੱਟ ਹੀ ਆਉਂਦਾ। ਪਰ ਜਿਹੜਾ ਦਾਣਾ ਭੁੱਜ ਕੇ ਐਨ ਭੱਠੀ ਦੇ ਵਿੱਚ ਪੱਕ ਗਿਆ ਨਾ, ਖਿੱਲ ਬਣ ਗਈ ਦੀਦੀ, ਉਹ ਦੁਬਾਰਾ ਜੰਮਣ ਜੋਗਾ ਨਹੀਂ ਰਹਿੰਦਾ। ਕਹਿੰਦੇ ਇਸੇ ਤਰ੍ਹਾਂ ਤਪ ਦੀ ਭੱਠੀ ਵਿੱਚ ਪਾ ਕੇ, ਸੇਵਾ ਵਿੱਚ ਪਾ ਕੇ, ਨਾਮ ਵਿੱਚ ਲਾ ਕੇ, ਜਿੰਨਾ ਚਿਰ ਐਨ ਮਨ ਅੰਦਰੋਂ ਇਹਦੇ ਬੁਰੇ ਖਿਆਲ ਸੜ ਨਹੀਂ ਜਾਂਦੇ, ਉਨਾ ਚਿਰ ਕਹਿੰਦੇ ਅੱਠੇ ਪੈਰ ਡਰ ਬਣਿਆ ਰਹਿੰਦਾ ਵੀ ਪਤਾ ਨਹੀਂ ਕਦੋਂ ਕਿੱਥੇ ਜਾ ਕੇ ਡਿੱਗ ਪੈਣਾ ਇਸ ਜੀਵ ਨੇ। ਉਹਨਾਂ ਗੁਰਮੁਖਾਂ ਦੀ ਕਮਾਈ ਵਾਲਿਆਂ ਨੇ ਇਹ ਬਚਨ ਕੀਤੇ ਆ, ਜਿਨ੍ਹਾਂ ਨੇ ਸਾਰੀਆਂ ਜ਼ਿੰਦਗੀਆਂ ਲਾਈਆਂ। ਉਹਨਾਂ ਨੇ ਇਕੱਲੇ ਤਪ ਨਹੀਂ ਕੀਤੇ, ਉਹਨਾਂ ਨੇ ਸੇਵਾਵਾਂ ਵੀ ਕੀਤੀਆਂ, ਸਿਰਾਂ 'ਤੇ ਗਾਗਰਾਂ ਢੋਈਆਂ, ਹਜ਼ੂਰ ਸਾਹਿਬ ਬਰਤਨ ਮਾਂਜੇ, ਨਾਮ ਜਪਿਆ, ਕਮਾਈਆਂ ਕੀਤੀਆਂ। ਸੋ ਇਸ ਕਰਕੇ ਭਾਈ ਕਦੇ ਚਿੱਤ ਕਹਿੰਦੇ ਮਨ ਵਿੱਚ ਕੋਈ ਬੁਰਾ ਖਿਆਲ ਆ ਗਿਆ, ਗਲਤੀ ਹੋ ਗਈ, ਪਰ ਮਨ ਨੂੰ ਚੰਗਾ ਨਹੀਂ ਲੱਗਦਾ ਵੀ ਮਨਾ ਗਲਤ ਹੋਇਆ, ਚੰਗਾ ਨਹੀਂ ਹੋਇਆ, ਪਛਤਾਪ ਹੈ। ਉਹ ਭਗਤੀ ਕਰਨ ਦੇ ਅਧਿਕਾਰੀ ਆ, ਉਹ ਫੜ ਲੈਣ ਮਾਲਾ, ਉਹ ਅਭਿਆਸ ਕਰਨ ਵੱਧ ਤੋਂ ਵੱਧ ਘੰਟਿਆਂ ਬੱਧੀ ਜਾਂ ਸਮੇਂ ਅਨੁਸਾਰ ਜਿੰਨਾ ਵੀ ਕੋਈ ਕਰ ਸਕਦਾ, ਉਹਨੂੰ ਭਗਤੀ ਕਰਨੀ ਚਾਹੀਦੀ ਹੈ। ਗੁਰਬਾਣੀ ਅਭਿਆਸ ਵਿਚਾਰੀ, ਭਗਤੀ ਕਰਦਿਆਂ ਗੁਰਬਾਣੀ ਦਾ ਅਭਿਆਸ ਵੀ ਜ਼ਰੂਰੀ ਹੈ। ਬਾਣੀ ਨਹੀਂ ਛੱਡਣੀ ਕਦੇ ਵਾਸਤੇ ਵੀ, ਤੇ ਗੁਰਬਾਣੀ ਦੀ ਵਿਚਾਰ ਵੀ ਤੇ ਨਾਲ ਅਭਿਆਸ ਵੀ ਕਰਨਾ ਹੈ। ਪਠਨ ਸੁਣਨ ਅਰ ਅਰਥ ਵਿਚਾਰਨ, ਗੁਰਬਾਣੀ ਦੇ ਅਰਥਾਂ ਨੂੰ ਪੜ੍ਹਨਾ ਵੀ ਹੈ, ਸੁਣਨਾ ਵੀ ਹੈ, ਤੇ ਅਰਥਾਂ ਦੀ ਵਿਚਾਰ ਵੀ ਕਰਨੀ ਹੈ ਜੀਵਨ ਵਿੱਚ। ਉਪਾਸ਼ਨਾ ਵਾਲੇ ਨੂੰ, ਭਗਤੀ ਬੰਦਗੀ ਕਰਨ ਵਾਲੇ ਨੂੰ ਉਪਦੇਸ਼ ਹੈ ਮੇਰੇ ਸਤਿਗੁਰੂ ਦਾ ਕਿ ਇਕੱਲਾ ਹੀ ਅੰਦਰ ਵੜ ਕੇ ਬਹਿ ਗਿਆ, ਕਹਿੰਦੇ ਗੱਲ ਨਹੀਂ ਬਣੇਗੀ, ਸੰਗਤ ਵਿੱਚ ਰਹਿ, ਅਭਿਆਸ ਕਰ, ਪਰ ਗੁਰਬਾਣੀ ਪੜ੍ਹਿਆ ਕਰ, ਗੁਰਬਾਣੀ ਦੀ ਵਿਚਾਰ ਸੰਗਤ ਵਿੱਚ ਬਹਿ ਕੇ ਸੁਣਿਆ ਕਰ, ਅਰਥਾਂ ਨੂੰ ਵੀ ਵਿਚਾਰਿਆ ਕਰ। ਹੋਏ ਅਸ਼ੁਭ ਸੋ ਕਰ ਹੈ ਨਿਵਾਰਨ, ਫਿਰ ਉਹਦੇ ਹਿਰਦੇ ਵਿੱਚੋਂ ਜਿਹੜੇ ਅਸ਼ੁਭ ਪਾਪ ਹੈ ਨਾ, ਉਹਨਾਂ ਦੀ ਨਿਵਿਰਤੀ ਹੁੰਦੀ ਹੈ ਹਿਰਦੇ ਦੇ ਵਿੱਚੋਂ। ਜੇ ਗੁਰ ਸ਼ਬਦ ਸੁਣਨ ਤੇ ਸਾਰੇ, ਜਿੰਨੇ ਗੁਰੂ ਦੇ ਸ਼ਬਦ ਸੁਣ ਕੇ ਸਾਰੇ ਜਿੰਨੇ ਵੀ ਹੈ, ਖੋਟੇ ਕਰਮ ਹਿਰਦੇ ਨਿਰਵਾਰੇ। ਮਹਾਂਪੁਰਖ ਕਹਿੰਦੇ ਸਨ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ, ਅੱਠੇ ਪੈਰ ਬਾਣੀ ਵਿੱਚ ਲੱਗੇ ਰਹੇ। ਮਹਾਂਪੁਰਖ ਸੰਤ ਬਾਬਾ ਠਾਕਰ ਸਿੰਘ ਜੀ ਨੇ ਸਿੱਧਾ ਇੰਨੀ ਅਭਿਆਸ ਸ਼ੁਰੂ ਕੀਤਾ, ਪਹਿਲਾਂ ਸੇਵਾ ਕੀਤੀ ਸਾਲੋ ਸਾਲ, ਅਖੀਰਲੇ ਦਮ ਤੱਕ ਵੀ ਸੰਗਤ ਦੇ ਬਰਤਨ ਮਾਂਜਦੇ ਰਹੇ, ਅੱਠੇ ਪਹਿਰ ਬਾਣੀ ਵੀ ਸੁਣਦੇ ਰਹੇ। ਖੋਟੇ ਕਰਮ ਉਹਨਾਂ ਦੇ ਹਿਰਦੇ ਵਿੱਚੋਂ ਫਿਰ ਸਦਾ ਨਿਵਿਰਤ ਹੋ ਜਾਂਦੇ ਗੁਰ ਸ਼ਬਦ ਨੂੰ ਸੁਣ ਕੇ, ਕਮਾਈ ਕਰਕੇ। ਵਿਸ਼ਿਆਂ ਕੇ ਰਸ ਤੇ ਮਨ ਫਿਰਿਓ, ਫਿਰ ਅੱਗੇ ਕਹਿੰਦੇ ਜਦੋਂ ਅਵਸਥਾ ਆ ਜਾਏ ਨਾ ਵਿਸ਼ਿਆਂ ਦੇ ਰਸ ਵੱਲੋਂ ਮਨ ਫਿਰ ਜਾਏ, ਐ ਨਿਰਲੇਪ ਹੋ ਜਾਏ,
ਮਨ ਵਿੱਚ ਵੈਰਾਗ ਆ ਜਾਏ। ਕਰਮ ਅਸ਼ੁਭ ਮੈਂ ਹਿਤ ਨਾ ਧਰਿਓ। ਅਸ਼ੁਭ ਮਾੜੇ ਕਰਮਾਂ ਦੇ ਵਿੱਚ ਰੰਚਕ ਵੀ ਕਦੇ ਧਿਆਨ ਨਹੀਂ ਹੈ, ਉਹਨਾਂ ਵਿੱਚ ਕਦੇ ਪ੍ਰੇਮ ਨਹੀਂ, ਖਿਆਲ ਨਹੀਂ ਉੱਧਰ ਜਾਂਦਾ। ਜਗ ਦੁੱਖ ਰੂਪ ਜਾਣ ਕਰ ਨੀਕੋ। ਸਾਰਾ ਸੰਸਾਰ ਨੂੰ ਦੁੱਖ ਰੂਪ ਕਰਕੇ ਚੰਗੀ ਤਰ੍ਹਾਂ ਜਾਣਦਾ ਹੈ। ਸਭ ਵਿਵਹਾਰ ਲੱਗਾ ਔਰ ਫੀਕੋ। ਵਿਵਹਾਰ ਵੀ ਸਾਧ ਸੰਗਤ ਜੀ ਉਸ ਗੁਰਮੁਖ ਨੂੰ ਫਿੱਕੇ ਲੱਗਣ ਲੱਗ ਪੈਂਦੇ ਆ, ਸੰਸਾਰ ਦੇ ਵਿਹਾਰਾਂ ਵੱਲੋਂ ਵੀ ਮਾਨੋ ਪ੍ਰਾਮ ਹੋ ਜਾਂਦਾ ਹੈ। ਤਬ ਨਿਜ ਲਖਿਆ ਗਿਆਨ ਅਧਿਕਾਰੀ। ਉਹ ਹੈ ਬ੍ਰਹਮ ਗਿਆਨ ਦਾ ਅਧਿਕਾਰੀ ਕਹਿੰਦੇ, ਉਹ ਯੋਗ ਹੁੰਦਾ ਉਦੋਂ ਵੀ ਹੁਣ ਇਹਦੇ ਤੇ ਗੁਰੂ ਦੀ ਕਿਰਪਾ ਹੋ ਸਕਦੀ ਹੈ, ਇਹਨੂੰ ਗੁਰੂ ਕਿਰਪਾ ਕਰਦੇ ਆ। ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਇਹ ਦੋ ਮੰਜ਼ਲਾਂ ਜਿਹੜੀਆਂ ਨਾ, ਕਰਮ ਉਪਾਸ਼ਨਾ ਦੀ ਕਹਿ ਲਓ ਜਾਂ ਸੇਵਾ ਤੇ ਭਗਤੀ ਦੀ, ਇਹ ਆਪਣੇ ਵੱਸ ਵਿੱਚ ਹੈ। ਗਿਆਨ ਦੀ ਮੰਜ਼ਿਲ ਆਪਣੇ ਵੱਸ ਵਿੱਚ ਨਹੀਂ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਹਿੱਸੇ 'ਚ ਹੈ, ਇਹ ਸਤਿਗੁਰਾਂ ਦੇ ਹੱਥ ਵਿੱਚ ਹੈ। ਸਿੱਖ ਬਣ ਗਿਆ, ਭਾਂਡਾ ਪੂਰਾ ਤਿਆਰ ਹੋ ਗਿਆ, ਬੇਨਤੀਆਂ ਕਰਦਾ ਵਾਰ ਵਾਰ ਉਹ ਗੁਰਮੁਖ, ਉਹ ਭਗਤ, ਉਹ ਸੰਤ, ਉਹ ਜਗਿਆਸੂ ਕਿ ਮਹਾਰਾਜ ਹੁਣ ਕਿਰਪਾ ਕਰ ਦਿਓ। ਫਿਰ ਸੱਚੇ ਪਾਤਸ਼ਾਹ ਜੀ ਦੀ ਮੌਜ ਹੁੰਦੀ ਹੈ ਜਦੋਂ ਸਤਿਗੁਰੂ ਵੇਖਦੇ ਆ ਨਾ, ਜਿਹੜਾ ਸੇਵਾ ਔਰ ਸਿਮਰਨ ਦਾ ਮਾਰਗ ਹੈ ਇਹ ਸਿੱਖ ਦੇ ਅਧਿਕਾਰ ਵਿੱਚ ਹੈ, ਤੁਹਾਡੀ ਮਿਹਨਤ ਮੁਸ਼ਕਤ ਤੱਕ ਹੈ, ਪਰ ਬ੍ਰਹਮ ਗਿਆਨ ਤੁਹਾਡੇ ਹੱਥ ਵਿੱਚ ਨਹੀਂ। ਇਹ ਗੁਰੂ ਸਾਹਿਬ ਗਿਆਨ ਅੰਜਨ ਗੁਰਦੀਆ ਬ੍ਰਹਮ ਗਿਆਨ ਦਾ ਮੁੱਤ ਸੁਰਮਾ ਅੱਖਾਂ ਵਿੱਚ ਪਾ ਕੇ ਸੱਚੇ ਪਾਤਸ਼ਾਹ ਨੇ ਅਗਿਆਨ ਦਾ ਜਿਹੜਾ ਪੜਦਾ ਨਾ, ਜਿਵੇਂ ਆਪਾਂ ਕਹਿੰਦੇ ਮੋਤੀਆ ਉੱਤਰ ਗਿਆ, ਡਾਕਟਰ ਉਸ ਦਾ ਓਪਰੇਸ਼ਨ ਕਰਦੇ ਹੈ, ਜਦੋਂ ਲਾਹ ਦਿੰਦੇ ਆ ਉਸ ਜਾਲੇ ਨੂੰ ਫਿਰ ਐਨ ਸਾਫ਼ ਦਿਖਾਈ ਦੇਣ ਲੱਗ ਪੈਂਦਾ। ਇਸੇ ਤਰ੍ਹਾਂ ਅਗਿਆਨ ਦਾ ਜਿਹੜਾ ਪੜਦਾ ਨਾ ਜਾਲਾ, ਉਹ ਗੁਰੂ ਰੂਪ ਵੈਦ ਨੇ ਲਾਉਣਾ ਔਰ ਉਹ ਫਿਰ ਬ੍ਰਹਮ ਗਿਆਨ ਦੀ ਬਖਸ਼ਿਸ਼ ਸਤਿਗੁਰੂ ਕਰਦੇ ਆ, ਉਹ ਆਪਣੇ ਹੱਥ ਵਿੱਚ ਨਹੀਂ। ਪੂਰਾ ਗੁਰ ਅਖਿਆਉ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਪੂਰਾ ਗੁਰੂ ਜਦੋਂ ਕਿਰਪਾ ਦੀ ਦ੍ਰਿਸ਼ਟੀ ਨਾਲ ਵੇਖਦਾ ਨਾ, ਫਿਰ ਉਹਨੂੰ ਸੰਤ ਦੀ ਪਦਵੀ ਬਖਸ਼ਿਸ਼ ਕਰਦਾ, ਸੰਤ ਦੀ ਅਵਸਥਾ ਦਿੰਦਾ। ਮੇਰੇ ਵਰਗਾ ਡਣਾ ਖਣਾ ਸੰਤ ਬਣਿਆ ਫਿਰਦਾ, ਮੇਰੇ ਵਰਗਾ ਡਣਾ ਖਣਾ ਬ੍ਰਹਮ ਗਿਆਨੀ ਤੋਂ ਘੱਟ ਨਹੀਂ ਆਪਣੇ ਆਪ ਨੂੰ ਅਖਵਾਉਂਦਾ। ਪਰ ਬ੍ਰਹਮ ਗਿਆਨ ਦੀ ਕੋਈ ਮੰਜ਼ਿਲ ਇਹੋ ਜਿਹੀ ਨਹੀਂ ਵੀ ਜਦੋਂ ਚਾਹੀ ਉਦੋਂ ਲੈ ਲਈ, ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਗਿਆਨ ਜਿਹੜਾ ਨਾ, ਵਿਦਿਆ ਵਿਦਵਾਨ ਵੀ ਕਹਿੰਦੇ ਆ, ਸ਼ਾਸਤਰ ਵੀ ਕਹਿੰਦੇ ਆ, ਗਿਆਨ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ। ਇਸ ਕਰਕੇ ਜਦੋਂ ਇਹ ਜਾਣ ਲਵੇ ਕਿ ਮਨ ਵਿੱਚੋਂ ਸਾਰੇ ਵਿਵਹਾਰਾਂ ਵੱਲੋਂ ਮਨ ਉਪਰਾਮ ਹੋ ਗਿਆ ਔਰ ਸੰਸਾਰ ਨੂੰ ਦੁੱਖ ਰੂਪ ਕਰਕੇ ਜਾਣਦਾ, ਵਿਸ਼ਿਆਂ ਦੇ ਰਸ ਵੱਲੋਂ ਮਨ ਵਿੱਚ ਵੈਰਾਗ ਪੈਦਾ ਹੋ ਗਿਆ, ਸ਼ੁਭ ਅਸ਼ੁਭ ਕਰਮਾਂ ਵਿੱਚ ਵੀ ਧਿਆਨ ਨਹੀਂ ਜਾਂਦਾ ਹੈ,
ਐਸੀ ਜਦੋਂ ਅਵਸਥਾ ਬਣ ਜਾਂਦੀ ਹੈ ਤਬ ਨਿਜ ਲਖਾ ਗਿਆਨ ਅਧਿਕਾਰੀ, ਫਿਰ ਉਹ ਜਾਣਿਆ ਜਾਂਦਾ ਵੀ ਇਹ ਗਿਆਨ ਦਾ ਅਧਿਕਾਰੀ ਹੈ, ਇਹ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਦੇ ਅਜੇ ਯੋਗ ਹੀ ਹੋਇਆ ਹੈ। ਕਰਨ ਲੱਗੇ ਸਤ ਅਸਤ ਵਿਚਾਰੀ, ਜਦੋਂ ਸਤ ਪਰਮੇਸ਼ਰ ਦੀ ਤੇ ਅਸਤ ਸੰਸਾਰ ਦੀ ਨਾਸਵੰਤ ਪਦਾਰਥਾਂ ਦੀ ਵਿਚਾਰ ਕਰਦਾ ਹਿਰਦੇ ਵਿੱਚ, ਅਧਿਕਾਰ ਆਪਣ ਜਸ ਜਾਣਾ, ਉਹ ਫਿਰ ਇਸ ਤਰ੍ਹਾਂ ਆਪਣਾ ਅਧਿਕਾਰ ਜਾਣਨਾ ਕਰੇ, ਪਿਛਲੀ ਕਮਾਈ ਪੂਰੀ ਹੋ ਜਾਂਦੀ ਹੈ, ਫਿਰ ਇਸ ਜਨਮ ਵਿੱਚ ਕਿਰਪਾ ਹੋਣੀ ਹੁੰਦੀ ਹੈ, ਜਦੋਂ ਕਿਰਪਾ ਹੋਣੀ ਹੁੰਦੀ ਹੈ ਨਾ ਸੰਗਤ ਜੀ, ਉਦੋਂ ਇਹ ਵਿਚਾਰ ਹਿਰਦੇ ਵਿੱਚ ਆਉਣ ਲੱਗ ਜਾਂਦੇ ਹੈ, ਇਹ ਫੁਰਨੇ ਮਨ ਵਿੱਚ ਪੈਦਾ ਹੋਣ ਲੱਗ ਜਾਂਦੇ ਹੈ, ਇਹ ਪਵਿੱਤਰ ਸੋਚ ਪਵਿੱਤਰ ਖਿਆਲ ਇਹਨੂੰ ਕਹਿੰਦੇ ਵੈਰਾਗ, ਇਹ ਸਾਰੇ ਗੁਣ ਗੁਰਮੁਖ ਦੇ ਹਿਰਦੇ ਵਿੱਚ ਆਪਣੇ ਆਪ ਹੀ ਫੁੱਟ ਪੈਂਦੇ ਹਨ। ਤਿਸ ਬਿਦ ਆਪ ਕਰਨ ਕੋ ਠਾਣਾ, ਉਸੇ ਤਰ੍ਹਾਂ ਆਪ ਫਿਰ ਕਰਨਾ ਚਾਹਵੇ ਇਸ ਮਾਰਗ ਵੱਲ ਨੂੰ ਤੁਰਨਾ ਕਰੇ, ਸਭ ਅਧਿਕਾਰਨ ਪਰ ਗੁਰਬਾਨੀ, ਫਿਰ ਉਹ ਗਿਆਨ ਦਾ ਬ੍ਰਹਮ ਗਿਆਨ ਦਾ ਅਧਿਕਾਰੀ ਹੈ ਮਹਾਰਾਜ ਕਹਿੰਦੇ, ਇਉਂ ਸਾਰੇ ਅਧਿਕਾਰਾਂ ਉੱਤੇ ਸਾਰੇ ਨਿਮਿੱਤਾਂ ਦੇ ਸਾਰੇ ਪ੍ਰਥਾਏ ਗੁਰੂ ਸਾਹਿਬ ਨੇ ਬਾਣੀ ਰਚੀ ਹੈ, ਦੁੱਖਾਂ ਦੀ ਨਿਵਿਰਤੀ ਵਾਸਤੇ ਵੀ ਹੈ। ਉਹੀ ਜਪਜੀ ਸਾਹਿਬ ਦਾ ਪਾਠ ਕਰੋ, ਤੀਜੇ ਪਾਤਸ਼ਾਹ ਨੂੰ ਗੋਇੰਦਵਾਲ ਸਾਹਿਬ ਬੇਨਤੀ ਕੀਤੀ, ਮਹਾਰਾਜ ਅਮਕੇ ਸਿੱਖ ਨੂੰ ਪ੍ਰੇਤ ਲੱਗਾ, ਪੁਰਾਣੇ ਸ਼ਬਦ ਹੈ ਧਿਆਨ ਨਾਲ ਸੁਣਿਓ, ਅਮਕੇ ਦਾ ਅਰਥ ਹੁੰਦਾ ਵੀ ਫਲਾਣੇ ਨੂੰ ਪ੍ਰੇਤ ਚਿੰਬੜਿਆ ਹੋਇਆ, ਤੀਜੇ ਪਾਤਸ਼ਾਹ ਕਹਿੰਦੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਤਾਂ ਪ੍ਰੇਤ ਲੱਗਾ। ਉਹੀ ਜਪਜੀ ਸਾਹਿਬ ਦੇ ਪਾਠ ਮਹਾਰਾਜ ਜੀ ਦੇ ਸਿੱਖ ਕਰ ਕਰਕੇ ਆਪ ਚੌਥੇ ਪਾਤਸ਼ਾਹ 84 ਪਾਠ ਜਪਜੀ ਸਾਹਿਬ ਦੇ ਕਰਦੇ ਹੈ, ਭਾਵ ਦੁੱਖਾਂ ਦੀ ਨਿਵਿਰਤੀ ਲਈ ਵੀ ਇਹ ਬਾਣੀ ਹੈ, ਸੰਕਟ ਕੱਟਣ ਨੂੰ ਵੀ ਗੁਰਬਾਣੀ ਹੈ, ਤੇ ਸਾਧ ਸੰਗਤ ਜੀ ਬ੍ਰਹਮ ਗਿਆਨ ਦੀ ਵੀ ਦਾਤੀ ਹੈ। ਜਪਜੀ ਸਾਹਿਬ ਦਾ ਅਭਿਆਸ ਕਰਨ ਵਾਲਿਆਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਬਾਣੀ ਉਹੋ ਹੀ ਹੈ ਜੈਸਾ ਜੈਸਾ ਕੋਈ ਅਧਿਕਾਰੀ ਹੈ ਜੈਸੀ ਜੈਸੀ ਮੰਜ਼ਿਲ ਦਾ ਪੰਧੀ ਹੈ, ਕਹਿੰਦਾ ਦੁੱਖ ਦੂਰ ਹੋ ਜਾਣ। ਜਪਜੀ ਸਾਹਿਬ ਦੇ ਪਾਠ ਕਰੋ, ਮੂਲ ਮੰਤਰ ਦਾ ਅਭਿਆਸ ਕਰੋ, ਵਾਹਿਗੁਰੂ ਮੰਤਰ ਦਾ ਕਰੋ, ਘਰ ਵਿੱਚ ਰਿੱਧੀਆਂ ਸਿੱਧੀਆਂ ਪਦਾਰਥ ਚਾਹੁੰਦੇ ਹੋ ਸੁਖਮਨੀ ਸਾਹਿਬ ਦਾ ਪਾਠ ਕਰੋ, ਆਨੰਦ ਚਾਹੁੰਦੇ ਹੋ ਆਨੰਦ ਸਾਹਿਬ ਦਾ ਪਾਠ ਕਰੋ, ਨਿਤਨੇਮ ਤੋਂ ਇਲਾਵਾ ਕਰੋ, 84 ਮੇਟਣੀ ਹੈ ਆਸਾ ਜੀ ਦੀ ਵਾਰ ਦਾ ਅਭਿਆਸ ਕਰੋ। ਸੋ ਭਾਈ ਇਹ ਬਾਣੀ ਹੈ ਸਤਿਗੁਰੂ ਦੀ, ਅਧਿਕਾਰਾਂ ਦੇ ਵੱਖ ਵੱਖ ਅਧਿਕਾਰਾਂ ਦੇ ਪ੍ਰਥਾਏ ਹੈ, ਅਖੀਰਲੀ ਮੰਜ਼ਿਲ ਫਿਰ ਬ੍ਰਹਮ ਗਿਆਨ ਹੈ। ਇਹ ਬਾਣੀ ਸਾਰੇ ਅਧਿਕਾਰਾਂ ਉੱਤੇ ਸਾਰੇ ਪ੍ਰਥਾਏ ਸਤਿਗੁਰੂ ਨੇ ਉਚਾਰੀ, ਕਿਉਂ ਉਚਾਰੀ, ਕਿਤੇ ਦੂਜਿਆਂ ਦੇ ਦਰਾਂ 'ਤੇ ਨਾ ਸਿੱਖ ਧੱਕੇ ਖਾਂਦੇ ਰਹਿਣ, ਆਪਣੇ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ, ਔਰ ਕਿਸੇ ਹੀ ਕਿ ਮਤ ਹੀ ਜਾਏ, ਮਤਾਂ ਜਾ ਕਹਿੰਦੇ ਦੂਜਿਆਂ ਦੇ ਘਰ ਵਿੱਚ ਆਪਣੇ ਘਰ ਵਿੱਚੋਂ ਲੱਭ ਕੇ ਖਾ, ਲੱਭਣ ਵਾਰੀ ਬਿਰਤੀ ਬਣਾ, ਭਾਵਨਾ ਬਣਾ, ਸ਼ਰਧਾ ਬਣਾ, ਸਭ ਕੁਝ ਇੱਥੋਂ ਮਿਲੇਗਾ, ਸਭ ਕੁਝ ਮਿਲੇਗਾ, ਸਾਰੇ ਦੁੱਖ ਵੀ ਕੱਟੇ ਜਾਣਗੇ, ਸਾਰੇ ਸੁੱਖ ਵੀ ਪ੍ਰਾਪਤ ਹੋਣਗੇ, ਸੇਵਾ ਸਿਮਰਨ ਦੀ ਕਮਾਈ ਕਰਕੇ ਜੀਵਨ ਵੀ ਸਫਲ ਹੋ ਜਾਏਗਾ। ਉਹ ਸਾਰੇ ਅਧਿਕਾਰਾਂ ਉੱਤੇ ਗੁਰਬਾਣੀ ਹੈ, ਸਿੱਖ ਵੀ ਸਭ ਅਧਿਕਾਰ ਨ ਜਾਣੀ, ਸਿੱਖ ਵੀ ਸਾਰੇ ਅਧਿਕਾਰਾਂ ਦੇ ਜਿਹੜੇ ਸਿੱਖ ਹੈ ਨਾ ਉਹ ਵੀ ਵੱਖ ਵੱਖ ਅਧਿਕਾਰ ਰੱਖਦੇ ਆ, ਹਰ ਸਿੱਖ ਦਾ ਇੱਕੋ ਅਧਿਕਾਰ ਨਹੀਂ, ਇੱਕ ਸੇਵਾ ਕਰ ਸਕਦਾ, ਇੱਕ ਸੰਗਤ ਵਿੱਚ ਸਾਰੀ ਸੇਵਾ ਨਿਭਾ ਸਕਦਾ,
ਕੀਰਤਨ ਵਾਲਾ ਕੀਰਤਨ ਕਰਦਾ, ਕਥਾ ਵਾਲਾ ਕਥਾ ਕਰਦਾ, ਗ੍ਰੰਥੀ ਸਿੰਘ ਜੀ ਗ੍ਰੰਥੀ ਵਾਲੀ ਡਿਊਟੀ ਦਿੰਦੇ ਆ, ਸਿੱਖਾਂ ਦੇ ਵੀ ਵੱਖਰੇ ਵੱਖਰੇ ਅਧਿਕਾਰ ਹਨ। ਨਿਜ ਅਧਿਕਾਰ ਸੁਮਤ ਤੇ ਲਖੈ, ਸੰਗਤ ਵਿੱਚੋਂ ਮਹਾਰਾਜ ਕਹਿੰਦੇ ਸੁਮਤ ਲੈ ਕੇ ਨਾ, ਸੋਝੀ ਲੈ ਕੇ ਆਪਣਾ ਅਧਿਕਾਰ ਜਿਹੜਾ, ਫਿਰ ਜਾ ਕੇ ਉਸ ਦੀ ਲਖਤਾ ਸੋਝੀ ਹੁੰਦੀ ਹੈ, ਪਤਾ ਲੱਗਦਾ ਸੰਗਤ ਤੋਂ ਬਿਨਾਂ ਨਹੀਂ ਗਿਆਨ ਹੁੰਦਾ। ਕਰਮ ਉਪਾਸਨ ਗਿਆਨ ਕੇ ਵਿਖੈ, ਇਹ ਸ਼ੁਭ ਕਰਮ ਕਰਨ ਵਾਲਾ, ਸੇਵਾ ਕਰਨ ਵਾਲਾ ਉਪਾਸਨਾ ਜਾਂ ਗਿਆਨ ਦਾ ਅਧਿਕਾਰੀ ਹੈ। ਨਿਜ ਅਧਿਕਾਰ ਜਾਣ ਕਰ ਲੱਗੈ, ਇਉਂ ਆਪਣਾ ਅਧਿਕਾਰ ਜਾਣ ਕੇ ਲੱਗੇ, ਸਮਝ ਸਮਝ ਕੇ ਉਸੇ ਪਾਸੇ ਲੱਗ ਪਵੇ, ਲੱਕ ਬੰਨ ਕੇ ਕਿ ਮੇਰੇ ਉੱਤੇ ਆ ਗੁਰੂ ਕੇ ਹੁਕਮ ਹਨ ਲਾਗੂ ਹੁੰਦੇ, ਮੈਂ ਇਹੀ ਕਰਾਂ ਜੀਵਨ ਵਿੱਚ। ਗੁਰੂ ਸ਼ਬਦ ਸੋ ਨਿਤ ਅਨੁਰਾਗ, ਗੁਰੂ ਦੇ ਸ਼ਬਦ ਨਾਲ ਨਿਤਾ ਪ੍ਰਤੀ ਪ੍ਰੇਮ ਰੱਖੇ ਮਨ ਵਿੱਚ, ਨਾਮ ਨਾਲ ਬਾਣੀ ਨਾਲ। ਸੁਣ ਗੁਰ ਬਾਕ ਸਮਝ ਤਿੰਨ ਆਈ, ਇਹਨਾਂ ਨੂੰ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਸੋਝੀ ਪ੍ਰਾਪਤ ਹੋਈ, ਗਿਆਨ ਪ੍ਰਾਪਤ ਹੋਇਆ ਸਾਰਾ। ਨਿਜ ਅਧਿਕਾਰ ਲੱਗੇ ਕਤ ਪਾਈ, ਜਿਹੜਾ ਇਹਨਾਂ ਦਾ ਅਧਿਕਾਰ ਸੀ ਜੋ ਇਹਨਾਂ ਨੂੰ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਹੁਕਮ ਕੀਤਾ, ਉਸੇ ਵਿੱਚ ਲੱਗ ਕੇ ਇਹਨਾਂ ਨੇ ਮੁਕਤੀ ਨੂੰ ਪ੍ਰਾਪਤ ਕੀਤਾ, ਕਲਿਆਣ ਨੂੰ ਪ੍ਰਾਪਤ ਕੀਤਾ। ਇਹ ਸਤਿਗੁਰੂ ਜੀ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। 1 ਜੂਨ ਤੋਂ ਲੈ ਕੇ 6 ਜੂਨ ਤੱਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਤੁਸੀਂ ਸ਼ਹੀਦੀ ਸਮਾਗਮਾਂ ਵਿੱਚ ਰੋਜ਼ ਦਰਸ਼ਨ ਦਿਆ ਕਰਨੇ ਆ, ਸ਼ਾਮ ਨੂੰ 4 ਵਜੇ ਤੋਂ 6:30 ਵਜੇ ਤੱਕ। ਔਰ ਇਸੇ ਤਰ੍ਹਾਂ 6 ਜੂਨ ਨੂੰ ਸਾਰੇ ਨਗਰ ਦੀ ਇਲਾਕੇ ਦੀ ਸੰਗਤ ਨੇ ਹੁੰਮ ਹੁਮਾ ਕੇ ਪਹੁੰਚ ਕੇ ਸ਼ਹੀਦੀ ਸਮਾਗਮਾਂ ਵਿੱਚ ਹਾਜ਼ਰੀ ਭਰਨੀ ਹੈ। ਇਹ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀਆਂ ਸਾਰੇ ਨਗਰ ਦੀ ਸੰਗਤ ਦਾ, ਪ੍ਰਬੰਧਕਾਂ ਦਾ, ਕਮੇਟੀ ਦਾ, ਨਗਰ ਪੰਚਾਇਤ ਦਾ, ਇਸੇ ਤਰ੍ਹਾਂ ਸਰਦਾਰ ਹਰਜੋਤ ਸਿੰਘ ਜੀ ਮਾਨ, ਹੋਰ ਜਿੰਨੇ ਵੀ ਪਰਿਵਾਰ ਹੈ ਜਿਨ੍ਹਾਂ ਸਿੰਘਾਂ ਨੇ ਅੱਗੇ ਲੱਗ ਕੇ ਸੇਵਾ ਕੀਤੀ, ਸਭ ਦਾ ਹੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ। ਵਿਸ਼ੇਸ਼ ਰੂਪ ਦੇ ਵਿੱਚ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਸ਼੍ਰੀ ਮੁਖਵਾਕ ਤੋਂ ਬਾਅਦ ਸਾਰੀਆਂ ਬੇਨਤੀਆਂ ਤੁਹਾਨੂੰ ਕਰਨਗੇ, ਉਹਨਾਂ ਤੋਂ ਧਿਆਨਪੂਰਵਕ ਬੇਨਤੀਆਂ ਸੁਣਨੀਆਂ ਹਨ। ਆਓ ਹੁਣ ਕਥਾ ਦੀ ਸਮਾਪਤੀ ਕਰਕੇ ਅਰਦਾਸ ਵਿੱਚ ਜੁੜੀਏ। ਆਪ ਸੰਗਤ ਦਾ ਫਿਰ ਰੋਮ ਰੋਮ ਕਰਕੇ ਧੰਨਵਾਦ ਹੈ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਸੁਣ ਗੁਰ ਬਾਕ ਸਮਝ ਤਿੰਨ ਆਈ, ਨਿਜ ਅਧਿਕਾਰ ਲੱਗੇ ਗਤ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।